ਨੱਛਿਕਾ ਦੋਸਤੋ ਇੱਕ ਵਾਰ ਫੇਰ ਹਾਜ਼ਰ ਹਾਂ ਫਾਸਟਵੇ ਦੀ ਪੇਸ਼ਕਸ਼ ਸਾਮ ਸੰਭਾਲ ਅੰਮ੍ਰਿਤਸਰ ਸ਼ਹਿਰ ਦੀ ਪਿਛਲੇ ਤਿੰਨਾਂ ਪ੍ਰੋਗਰਾਮਾਂ ਦੇ ਵਿੱਚ ਸਾਡਾ ਸਬਜੈਕਟ ਸੀ ਚਾਇਨਾ ਡੋਰ ਇਸ ਦੀ ਵਰਤੋਂ ਨੂੰ ਰੋਕਣਾ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਸਾਰੇ ਮਹਿਮਾਨ ਆਏ ਸਾਡੇ ਸਟੂਡੀਓ ਦੇ ਵਿੱਚ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਇੱਕ ਟੀਚਾ ਇਸ ਪ੍ਰੋਗਰਾਮ ਦਾ ਵੀ ਆਓ ਵੱਖ-ਵੱਖ ਜਿਹੜੇ ਸਬਜੈਕਟ ਹਨ ਉਹਨਾਂ ਤੇ ਖੁੱਲ੍ਹਿਆਂ ਵਿਚਾਰਾਂ ਕਰੀਏ ਅਸੀਂ ਸਾਡੀ ਕੋਸ਼ਿਸ਼ ਆ ਹਰ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਸ਼ਖਸੀਅਤਾਂ ਨੂੰ ਬੁਲਾਈਏ ਔਰ ਜਿਹੜਾ ਸਬਜੈਕਟ ਹੋਵੇ ਉਹਦੇ ਨਾਲ ਜੁੜੇ ਸ਼ਖਸੀਅਤ ਨੂੰ ਆਪਣੇ ਇਸ ਪ੍ਰੋਗਰਾਮ ਦਾ ਹਿੱਸਾ ਬਨਾਈਏ ਤਾਂ ਜੋ ਅਸੀਂ ਰਲ ਮਿਲ ਤੁਹਾਡੇ ਸਾਹਮਣੇ ਵਿਚਾਰ ਆ ਰੱਜ ਸਕੀਏ ਇੱਕ ਸਨੇਹਾ ਦੇ ਸਕੀਏ ਫਾਸਟ ਦੇ ਇਸ ਪ੍ਰੋਗਰਾਮ ਸੰਸਭਾਲ ਅੰਮ੍ਰਿਤਸਰ ਸ਼ਹਿਰ ਦੀ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਡੇ ਨਾਲ ਮਹਿਮਾਨ ਹਨ ਸਰਦਾਰ ਨਾਨਕ ਸਿੰਘ ਜੀ ਪ੍ਰਿੰਸੀਪਲ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਫॉर ਊਮਨ ਨਦੀਨ ਦਰਬਾਰ ਸਾਹਿਬ ਬੜੀ ਕਿਰਪਾ ਸੱਚਿਕਲ ਸਰ ਜੀ ਆਏ ਹਨ ਜੀ ਨਹੀਂ थैंक यू वेरी मच और औ से नाल ही ਸਾਡੇ ਨਾਲ ਮੌਜੂਦ ਹਨ ਡਾਕਟਰ ਇੰਦਰਬੀ ਸਿੰਘ ਨਿਜ ਨਿਜ ਸਕੈਨ ਸੈਂਟਰ ਤੋਂ और जोरे ਕੀ ਇਸ ਵੇਲੇ ਵਾਈਸ ਪ੍ਰਧਾਨਵੀ ਹਨ ਚੀਫ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦੇ ਸਚ ਸਚੀ ਕਲੈਂਡਰ ਆ ਤਾਂ ਆਓ ਗੱਲ ਕਰੀਏ ਸਿੱਖਿਆ ਅਤੇ ਸਿੱਖਿਆ ਦੇ ਖੇਤਰ ਨਾਲ ਸੰਬੰਧੀ ਗੱਲਾਂ ਦੀ ਸਭ ਤੋਂ ਪਹਿਲਾਂ ਸਰ ਨਾਨਕ ਸਿੰਘ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਸਰ ਸਮੇਂ ਦੇ ਵਿੱਚ ਬਹੁਤ ਬਦਲਾਅ ਆਏ ਹਰ ਚੀਜ਼ ਬਦਲ ਗਈ ਔਰ ਤੁਸੀਂ ਕਾਫੀ ਦੇਰ ਤੋਂ ਵਿਦਿਆ ਦੇ ਖੇਤਰ ਨਾਲ ਜੁੜੇ ਹੋ ਸਿੱਖਿਆ ਦੇ ਖੇਤਰ 'ਚ ਕਿਹੜੇ-ਕਿਹੜੇ ਮੇਨ ਬਦਲਾਅ ਆਏ ਸਭ ਤੋਂ ਪਹਿਲੇ ਮੈਂ ਫਾਸੇਜ਼ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਕਿ ਉਹ ਬਿਲਕੁਲ ਰੈਲੇਵੈਂਟ ਔਰ ਮੀਨਿੰਫੁਲ ਸਬਜੈਕਟ ਨੂੰ ਕੇ ਤੇ ਪਬਲਿਕ ਨੂੰ ਜਿਹੜਾ ਹੈ ਅਵੇਅਰਨੈਸ ਦੇਵਾ ਦਾ ਕਰਦੇ ਨੇ ਦੂਜੀ ਮੁਬਾਰਕ ਮੈਂ ਨੀਤਾ ਸਿੰਘ ਜੀ ਤੁਹਾਨੂੰ ਦਿੰਦਾ ਥੈਂਕ ਯੂ ਸਰ ਕਿ ਤੁਹਾਡੀ ਆਪਣੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਪਬਲਿਕ ਦੇ ਕੋਲ ਪਬਲਿਕ ਦੇ ਪ੍ਰੋਬਲਮਸ ਔਰ ਉਹਨਾਂ ਦੇ ਸੋਲੂਸ਼ਨ ਲੈ ਕੇ ਜਾਣਾ ਤੁਸੀਂ ਅੱਜ ਐਜੂਕੇਸ਼ਨ ਦਾ ਵਿਸ਼ਾ ਚੁਣਿਆ ਹੈ ਇਹ ਵਿਸ਼ਾ ਇੰਨਾ ਕੁ ਮਹਾਨ ਹੈ ਜਿੰਨਾ ਕਿ ਸਮੁੰਦਰ ਮਹਾਨ ਹੈ ਔਰ ਮੈਂ ਪਿਛਲੇ 50 ਸਾਲਾਂ ਤੋਂ ਐਜੂਕੇਸ਼ਨ ਨਾਲ ਜੁੜਿਆ ਹਾਂ ਅੱਜ ਮੈਂ ਫੀਲ ਕਰ ਰਿਹਾ ਕਿ ਐਜੂਕੇਸ਼ਨ ਦਾ ਮੈਂ ਸਿਰਫ ਜਿਹੜਾ ਹੈ ਨਾ ਇੱਕ ਡ੍ਰੌਪ ਫਰਮ ਦ ਓਸ਼ਨ ਇੰਨਾ ਕੁ ਮੇਰਾ ਗਿਆਨ ਹੈ ਇੰਨੇ ਲੰਬੇ ਤਜਰਬੇ ਤੋਂ ਬਾਅਦ ਜੀ ਇਹ ਵਿਸ਼ਾ ਬਹੁਤ ਰੈਲੇਵੈਂਟ ਹੈ ਜੀ ਸਵਾਲ ਹੈ ਕਿ ਐਜੂਕੇਸ਼ਨ ਹੈ ਕੀ ਹੈ ਐਜੂਕੇਸ਼ਨ ਸਟਾਰਟਸ ਦ ਮੂਵਮੈਂਟ ਮਦਰ ਕਨਸੀਵਸ ਅ ਚਾਈਲਡ ਜੀ ਜੇ ਸਿਰ ਇੱਕ ਮਾਂ ਬੱਚੇ ਨੂੰ ਗਰਭ ਤੰਨ ਕਦੇ ਹੈ ਇਮੀਡੀਏਟਲੀ ਬੱਚੇ ਦੀ এডਿਕੇਸ਼ਨ ਜਿਹੜੀ ਸਟਾਰਟ ਹੋ ਜਾਏਗੀ ਜੋ ਕੁਝ ਮਾਂ ਦੀ ਹੈਬਿਟਸ ਨੇਚਰ ਸਟਾਈਲ ਆਫ ਫੰਕਸ਼ਨਿੰਗ ਸਟਾਈਲ ਆਫ ਵਰਕਿੰਗ ਸਟਾਈਲ ਆਫ ਲਿਵਿੰਗ ਹੋਏਗਾ ਡੂਰਿੰਗ ਪ੍ਰੈਗਨਸੀ ਉਹ ਜਨਮ ਲੈਣ ਵਾਲਾ ਬੱਚਾ ਜਿਹੜਾ ਹੈ ਉਹ ਚੀਜ਼ ਆਟੋਮੈਟਿਕਲੀ ਉਸ ਨੂੰ ਇਟ ਟ੍ਰਾਂਸਫਰ ਹੋ ਜਾਣਗੀ ਜੀ ਬਾਕੀ ਵਿਦਿਆ ਇੱਕ ਐਸਾ ਖਜ਼ਾਨਾ ਹੈ ਇੱਕ ਹੈਲਥ ਕ ਐਜੂਕੇਸ਼ਨ ਜਿਹੜਾ ਤੁਸੀਂ ਕਿਸੇ ਨੂੰ ਟ੍ਰਾਂਸਫਰ ਨਹੀਂ ਕਰ ਸਕਦੇ ਜਿੰਨਾ ਮੱਜੀ ਤੁਹਾਡਾ ਨਜ਼ਦੀਕੀ ਰਿਸ਼ਤਾ ਹੈ ਐਜੂਕੇਸ਼ਨ ਯੁਗਾ ਜਗੰਤਰ ਤੇ ਚਲੀ ਆ ਰਹੀ ਸੀ ਸਾਡੇ ਧਾਰਮਿਕ ਗ੍ਰੰਥ ਸਾਨੂੰ ਐਜੂਕੇਸ਼ਨ ਦਿੰਦੇ ਨੇ ਉਹ ਐਜੂਕੇਸ਼ਨ ਜਿਹੜੀ ਦੈਟ ਵਾਸ ਮੈਂਟ ਓਨਲੀ ਫਾਰ ਨੌਲੇਜ ਉਹ ਜਿਹੜਾ ਪ੍ਰੈਜ਼ੈਂਟ ਕਨਸੈਪਟ ਆਫ ਐਜੂਕੇਸ਼ਨ ਹੈ ਇਹ ਚ ਹੈ ਕਿ ਇਟ ਮਸਟ ਗਿਵ ਯੂ ਲਿਵਿੰਗ ਐਂਡ ਮਸਟ ਟੀਚ ਯੂ ਆਰਟ ਆਫ ਲਿਵਿੰਗ ਇਹ ਦੋਨੋਂ ਚੀਜ਼ਾਂ ਨਾਲ ਨਾਲ ਲੈ ਕੇ ਜਿਹੜਾ ਹੈ ਚੱਲਣਾ ਹੈ ਔਰ ਐਜੂਕੇਸ਼ਨ ਜਿਹੜੀ ਹੈ ਸਿਰਫ ਬੱਚਿਆਂ ਨੂੰ ਪੜਾਣਾ ਕਿ ਉਹ ਰੀਡਿੰਗ ਰਾਈਟਿੰਗ ਅਰਿਥਮੈਟਿਕ 3 ਆਰਸ ਇਹ ਬੇਸਿਕ ਚੀਜ਼ ਹੈ ਪਰ এডਿਕੇਸ਼ਨ ਜਿਹੜੀ ਹੈ ਤੇ ਬਹੁਤ ਵਿਸ਼ਾਲ ਹੈ ਇਹ ਦੋਨੇ ਅਸਪੈਕਟਸ ਨੇ ਕਿ ਜਿਹਦੇ ਵਿੱਚ ਤੁਹਾਡਾ ਪ੍ਰੈਕਟੀਕਲ ਵੀ ਹੈ ਥਿਉਰੈਟਿਕਲ ਵੀ ਹੈ ਹੁੰਦੇ ਜਿਹੜੀ ਸਕੂਲ ਜਾਂਦੇ ਆ ਜਾਂ ਕਾਲਜ ਜਾਂਦੇ ਆ ਜੋ ਕੁਝ এডਿਕੇਸ਼ਨ ਲੈਂਦੇ ਆ ਵਾਟਸ ਦੈਟ এডਿਕੇਸ਼ਨ ਰਿਮੈਂਸ ਵਾਟ ਵੀ ਰਿਮੈਂਬਰ ਆਫਟਰ ਲੀਵਿੰਗ ਸਕੂਲ অর ਕਾਲਜ ਸਕੂਲ ਕਾਲਜ ਛੋਣ ਤੋਂ ਬਾਅਦ ਜੋ ਸਾਰਕੁਲ ਗਿਆਨ ਰਹਿ ਜਾਂਦਾ ਹੈ ਉਹ এডਿਕੇਸ਼ਨ ਹੈ ਜੋ ਕੁਝ ਅਸੀਂ ਪੜ੍ਹ ਰਹੇ ਹੁੰਦੇ ਆ ਸਕੂਲ ਜਾਂ ਕਾਲਜ ਵਿੱਚ ਉਹ ਸਿਰਫ ਕਿਤਾਬੀ ਗਿਆਨ ਹੁੰਦਾ ਜਿਹੜਾ ਕਿ ਜੀ ਤੇ ਕਿ ਕਿਤਾਬੀ ਗਿਆਨ ਜਿਹੜਾ that is not sufficient ਕਿਉਂਕਿ ਬੜੇ-ਬੜੇ ਖਜ਼ਾਨੇ ਨੇ ਹੈਲਥ ਹੈ এডਿਕੇਸ਼ਨ ਹੈ ਮਨੀ ਹੈ ਰਿਲੇਸ਼ਨਸ਼ਿਪ ਨੇ ਇਹਨਾਂ ਦੀ ਕੋਈ एमआरपी ਨਹੀਂ ਆਗੀ ਜੀ ਪਰ ਜਦੋਂ ਅਸੀਂ ਇਹਨੂੰ ਗਵਾ ਬੈਠਦੇ ਆਂ ਫਿਰ ਪਤਾ ਚੱਲਦਾ ਹੈ ਕਿ ਹੋਏ ਇੰਪੋਰਟੈਂਟ ਦੇ ਵਰ ਜਦੋਂ ਅਸੀਂ ਸਕੂਲ ਚ ਪੜ੍ਹ ਰਹੇ ਹੁੰਦੇ ਆਂ ਉੱਤੇ ਪਹਿਲੇ ਲੈਸਨ ਪੜ੍ਹਾਏ ਜਾਂਦੇ ਨੇ ਤੇ ਬਾਅਦ ਵਿੱਚ ਇਮਤਿਹਾਨ ਹੁੰਦਾ ਪਰ ਜ਼ਿੰਦਗੀ ਦੇ ਵਿੱਚ ਪਹਿਲੇ ਸਾਡਾ ਇਮਤਿਹਾਨ ਆ ਤੇ ਫਿਰ ਇਸ ਤੋਂ ਬਾਅਦ ਅਸੀਂ ਸਿੱਖਦੇ ਆਂ ਇਸ ਕਰਕੇ ਜਿਹੜਾ ਐਟਮੋਸਫੇਅਰ ਹੈ ਘਰ ਦਾ ਵੀ ਐਟਮਾਸਫੀਅਰ ਬਹੁਤ ਜ਼ਰੂਰੀ ਹੈ ਇੰਪੋਰਟੈਂਟ ਚੀਜ਼ ਹੈ ਕਿ ਯੂ ਪ੍ਰੋਵਾਈਡ ਐਟਮਾਸਫੀਅਰ ਐਂਡ ਰੈਸ ਵਿਲ ਡਨ ਬਾਈ ਐਟਮਾਸਫੀਅਰ ਕਿਉਂਕਿ এডੂਕੇਸ਼ਨ ਜਿਹੜੀ ਹੈ ਇਹ ਇੱਕ ਟ੍ਰਾਇੰਗਲ ਹੈ ਪੇਰੈਂਟਸ ਟੀਚਰਸ ਐਂਡ ਸਟੂਡੈਂਟਸ ਤੇ ਇਹਨਾਂ ਦੀ ਪ੍ਰੋਪਰ ਕੋਆਰਡੀਨੇਸ਼ਨ ਨਹੀਂ ਹੋਏਗੀ এডੂਕੇਸ਼ਨ ਜਿਹੜੀ ਹੈ ਉਹ ਚੱਲ ਨਹੀਂ ਸਕਦੀ ਯੂ ਕੈਨ ਟੇਕ ਅ ਹਾਰਸ ਟੂ ਵਾਟਰ ਬਟ ਯੂ ਕਾਂਟ ਮੇਕ ਇ ਡਰਿੰਕ ਪਾਣੀ ਪਿਲਾਉਣ ਵਾਸਤੇ ਕੋਲੇ ਨੂੰ ਤਲਾਬ ਤੇ ਲੈ ਕੇ ਜਾ ਸਕਦੇ ਜੇ ਪਰ ਪਾਣੀ ਪੀਣ ਵਾਸਤੇ ਜਿਹੜਾ ਨਾ ਕੋਈ ਮਜਬੂਰ ਨਹੀਂ ਕਰ ਸਕਦੇ ਐਜੂਕੇਸ਼ਨ ਜ਼ਰੂਰੀ ਚੀਜ਼ ਹੈ ਔਰ ਖਾਸ ਕਰਕੇ ਮੈਂ ਵਿਮਨ ਐਜੂਕੇਸ਼ਨ ਦੇ ਵਿੱਚ ਹਾਂ ਕਿ ਵਿਮਨ ਐਜੂਕੇਸ਼ਨ ਜਿਹੜੀ ਹੈ ਦੈਟਸ ਮੋਸਟ ਇੰਪੋਰਟੈਂਟ ਕਿ ਮਦਰ ਜਿਹੜੀ ਹੈ ਐਨ ਐਜੂਕੇਟਡ ਮਦਰ ਇਜ਼ ਬੈਟਰ ਦਨ 100 ਸਕੂਲ ਟੀਚਰਸ ਨੈਪੋਲੀਅਨ ਨੇ ਕਿਹਾ ਜੀ ਗਿਵ ਮੀ ਗੁੱਡ ਮਦਰ ਆਈ ਵਿਲ ਗਿਵ ਯੂ ਗੁੱਡ ਨੇਸ਼ਨ ਸੋ ਫਾਦਰ ਇੱਕ ਫਾਈਨੈਂਸਰ ਹੈ ਬਾਕੀ ਇਹ ਬੜਾ ਵੱਡਾ ਵਿਸ਼ਾ ਹੈ ਜੀ ਤਸੀਂ ਮਿਲ ਕੋ ਪੁੱਛਿਆ ਕਿ ਕਿਹੜੀ ਕਿਹੜੀ ਚੇਂਜਸ ਆਈਆਂ ਨੇ ਜਿਹੜੀ ਐਜੂਕੇਸ਼ਨ ਹੈ ਸਿਰਫ ਇਹ ਨਹੀਂ ਕਿ ਮੈਡੀਕਲ ਨਾਨ ਮੈਡੀਕਲ ਇੰਜੀਨੀਅਰਿੰਗ ਹੈ ਐਜੂਕੇਸ਼ਨ ਜਿਹੜੀ ਹੋਰ ਹੀ ਬਹੁਤ ਕੁਝ ਹੈ ਕਿਉਂਕਿ ਉਹ ਐਜੂਕੇਸ਼ਨ ਜਿਹੜੀ ਸਾਡੀ ਪ੍ਰਯਤਨ ਬਣ ਗਈ ਹੈ ਨਾ ਇਟ ਸ਼ੁਡ ਬੀ ਜੋਬ ਲਿੰਕਡ ਇਟ ਸ਼ੁਡ ਬੀ এমਪਲॉयਮੈਂਟ ਲਿੰਕਡ ਹੋਰ ਇਹ ਐਜੂਕੇਸ਼ਨ ਦੀ ਔਰਨਮੈਂਟਲ ਵੈਲਿਊ ਨਹੀਂ ਹੈਗੀ ਤੁਹਾਨੂੰ ਦੱਸ ਤੀਕ ਹੈ ਸਰ ਡਾਕਟਰ ਸਾਹਿਬ ਇਹੋ ਹੀ ਸਵਾਲ ਮੈਂ ਕਹਾਂਦਾ ਤੁਸੀਂ ਦੱਸੋ ਵੀ ਕਿਉਂਕਿ ਤੁਸੀਂ ਆਪ ਡਾਕਟਰ ਬਹੁਤ ਲੰਮਾ ਸਮਾਂ ਤੁਸੀਂ ਸਕੈਨ ਸੈਂਟਰ ਨੂੰ ਚਲਾ ਰਹੇ ਹੋ ਕੀ ਮਹਿਸੂਸ ਕਰਦੇ ਹੋ ਔਰ ਇਸ ਵੇਲੇ ਚੀਫ ਕਲਸਰ ਦਿਵਾਨ ਦੇ ਨਾਲ ਤੁਸੀਂ ਜੁੜਿਓ ਵਾਈਸ ਪ੍ਰਧਾਨ ਹੋ ਜਿਹੜਾ ਕਿ ਸਿੱਖਿਆ ਦੇ ਖੇਤਰ ਵਿੱਚ ਕਾਫੀ ਬਲੰਦੀਆਂ ਤੇ ਜਾ ਰਿਹਾ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਵੈਨ ਯੂ ਆਰ ਇਨ ਸਕੂਲ ਯੂ ਆਰ ਇਨ ਕਾਲਜ ਔਰ ਅੱਜ ਜਿਹੜਾ ਤੁਸੀਂ ਦੇਖਦੇ ਹੋ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਕਿਹੜਾ ਬਦਲਾਅ ਆਇਆ ਵੈਦਰ ਇਟਸ ਹੈਲਥੀ ਔਰ ਨਾਨ ਹੈਲਥੀ ਔਰ ਕੀ ਕਹਿਣਾ ਚਾਹੋਗੇ ਅ ਨੀਤਾ ਜੀ ਇਸ ਤਰ੍ਹਾਂ ਦੇ ਕਿ ਇੱਕ ਹੋ ਗਈ ਲਿਟਰੇਸੀ ਜੀ ਜਿਹਦੇਚ ਬੰਦਾ ਕੋਈ 10th ਪਾਸ ਹੈ ਕੋਈ 12th ਪਾਸ ਹੈ ਕੋਈ BA ਹੈ ਜੀ ਤੇ ਇੱਕ এডਿਕੇਸ਼ਨ ਜੀ এডਿਕੇਸ਼ਨ ਜਿਵੇਂ ਉਸਤਾਦ ਨਾਨਾ ਸਿੰਘ ਹਣਾ ਬਹੁਤ ਚੰਗੀ ਤਰ੍ਹਾਂ ਦੱਸਿਆ ਸਾਨੂੰ ਕਿ এডਿਕੇਸ਼ਨ ਸਿਰਫ ਪੜਾਈ ਲਿਖਾਈ ਕਵਰ ਨਹੀਂ ਕਰਦੀ ਇਹ ਬੰਦੇ ਦੀ ਪੂਰੀ ਜਿਹੜਾ ਉਹਦਾ ਕੈਰੈਕਟਰ ਬਿਲਡ ਅਪ ਕਰਨਾ ਹੈ ਜਿਹੜਾ ਉਹਦਾ ਆਊਟਲੁੱਕ ਦੁਨੀਆ ਬਾਰੇ ਬਿਲਡ ਅਪ ਕਰਨਾ ਹੈ ਇਹ ਸਭ ਚੀਜ਼ ਨੂੰ ਕਵਰ ਕਰਦਾ ਜੀ ਔਰ ਜਿਹੜੀ ਦੁਖ ਦੀ ਗੱਲ ਹੁਣ ਇਹ ਆ ਰਹੀ ਹੈ ਨਜ਼ਰ ਆ ਰਹੀ ਹੈ ਕਿ ਜਿਹੜੇ ਪੇਰੈਂਟਸ ਨੇ ਨਾ ਉਹ ਬੱਚੇ ਨੂੰ ਸਕੂਲ ਕਲ ਕੇ ਤੇ ਬੱਚੇ ਕੋ ਹੱਥ ਤੋਂ ਬੈਠ ਦੇਣੇ ਮੇਰਾ ਬੁੱਲਾ ਸੋਇਦੇ ਨੇ ਕੇ ਸਕੂਲ ਜਾਂਦਾ ਹੈ ਫੀਸ ਦੇਤੀ ਹੈ ਹੁਣ ਸਕੂਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚੇ ਨੂੰ ਡਿਸਪਲਾਈਨ ਕਰੋ ਬੱਚੇ ਨੂੰ ਪੜਾਓ ਬੱਚੇ ਨੂੰ ਕੋਈ ਕੋਰਸ ਕਰਾਓ ਜੀ ਜੀ ਔਰ ਬਹੁਤ ਸਾਰੇ ਮਾਪਿਓ ਜਿਹਨੇ ਜਿਦੇ ਕਰਕੇ ਬੱਚੇ ਵੀ ਕੁਝ ਗੁਮਰਾ ਹੋ ਰਹੇ ਨੇ ਕਿਉਂਕਿ ਉਹਨਾਂ ਤੇ ਜਦੋਂ ਪੀਅਰ ਪ੍ਰੈਸ਼ਰ ਹੁੰਦਾ ਫਿਰ ਉਹ ਗਲਤ ਬੰਨੇ ਤੁਰ ਪੈਂਦੇ ਨੇ ਜੀ ਜੀ ਸੋ ਪੇਰੈਂਟਸ ਦਾ ਬਹੁਤ ਲਾਜ਼ਮੀ ਕੰਮ ਹੈ ਕਿ ਉਹ ਬੱਚਾ ਕਿਉਂਕਿ ਉਹਨਾਂ ਕੋ ਵਿਚਾਰਿੰਦਾ ਹੈ ਦਿਨ ਚ ਲੈਟਸ ਸੇ 18 ਘੰਟੇ ਸਕੂਲ ਤੇ ਬੱਚਾ ਥੋੜੇ ਟਾਈਮ ਬਸ ਜਾਂਦਾ ਸੋ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਬੱਚੇ ਨੂੰ ਠੀਕ ਤਰ੍ਹਾਂ ਉ ਬੱਚੇ ਨੂੰ ਖਾਣਾ ਪੀਣਾ ਸਖੌਣ ਬੱਚੇ ਦਾ ਬਿਹੇਵੀਅਰ ਚੰਗਾ ਹੋਵੇ ਇਹ ਸਭ ਮਾਪਿਆਂ ਦੀ ਜ਼ਿੰਮੇਰੀਆਂ ਬਣ ਜਾਂਦੀਆਂ ਨੇ ਤੁਸੀਂ ਮੈਨੂੰ ਪੁੱਛਿਆ ਸਾਡੇ ਟਾਈਮ ਔਰ ਹੁਣ ਟਾਈਮ ਕੀ ਫਰਕ ਹੈ ਜੀ ਸੋ ਮੇਰੀ ਕਿਸਮਤ ਚੰਗੀ ਹੈ ਮੈਂ ਬੜੇ ਚੰਗੇ ਸਕੂਲਾਂ ਚ ਪੜਿਆ ਔਰ ਉੱਥੇ ਇੱਕ ਤਰ੍ਹਾਂ ਨੂੰ ਕੰਪਰੀਹੈਂਸਿਵ ਇੱਕ ਇਨਸਾਨ ਬਣਾਉਂਦੇ ਸੀਗੇ ਫਾਰ ਇਗਜ਼ਾਮਪਲ ਤੁਹਾਡੇ ਸਿਰਫ ਪੜਾਈ ਨਹੀਂ ਸੀ ਹੁੰਦੀ ਸਾਡੇ ਪੀਟੀ ਸਵੇਰੇ ਨੈਸੈਸਰੀ ਸੀ ਮਸਟ ਸੀ ਚੰਗੀ ਖੁਰਾਕ ਮਿਲਦੀ ਸੀ ਸ਼ਾਮ ਨੂੰ ਇੱਕ ਘੰਟਾ ਡੇਟਾ ਸਪੋਰਟਸ ਹੁੰਦੀਆਂ ਸੀਗੀਆਂ ਔਰ ਕੰਪਲਸਰੀ ਸੀਗੀਆਂ ਕਿਸੇ ਤਰੀਕੇ ਦਾ ਕੋਈ ਬਹਾਨਾ ਨਹੀਂ ਸੁਣਦੇ ਬਾਹਰ ਲੈ ਕੇ ਜਾਂਦੇ ਸੀ ਨਸਾਉਂਦੇ ਸੀ ਜੋ ਰੈਲੇਵੈਂਟ سپورਟ ਉਹਨਾਂ ਦੇ ਨਾਲ ਚੁੰਦੀ ਸੀ ਚਾਹੇ ਹਾਕੀ ਚਾਹੇ ਫੁੱਟਬਾਲ ਚਾਹੇ ਕ੍ਰਿਕਟ ਉਹ ਸਾਨੂੰ ਖੇਡਣੀ ਪੈਂਦੀ ਸੀ ਸਵਿਮਿੰਗ ਕਰਨੀ ਪੈਂਦੀ ਸੀ ਸੋ ਇਹ ਤੇ ਚਲੋ ਇਹ ਗੱਲ ਅੱਗੀ ਮੈਂ ਇੱਕ ਸਮਝ ਲਓ ਕਿ ਮੇਰੀ ਕਿਸਮਤ ਵਿੱਚ ਚੰਗੇ ਸਿਮਨ ਚੰਗੇ ਸਕੂਲਾਂ ਚ ਮਿਲ ਗਈ ਲੇਕਿਨ ਇਹ ਕਿਸੇ ਹੱਦ ਤੱਕ ਹਰ ਇੱਕ ਬੱਚੇ ਵਾਸਤੇ ਰੈਲੇਵੈਂਟ ਹੈ ਹੁਣ CBSE ਵੀ ਇਹ ਕਹਿੰਦੀ ਹੈ ਕਿ ਹਰ ਇੱਕ ਸਕੂਲ ਵਿੱਚ ਘੱਟੋ ਘੱਟ ਇੱਕ ਪੀਰੀਅਡ ਹੋਵੇ ਜਿੱਦੇ ਬੱਚੇ ਨੂੰ ਸਪੋਰਟਸ ਕਰਾਈ ਜਾਵੇ ਪਰ ਤੁਸੀਂ ਦੇਖੋ 90% ਸਕੂਲ ਨੇ ਜਾਂ 95% ਸਕੂਲ ਨੇ ਕਿ ਕਿ ਉਹ ਨਹੀਂ ਹੈਗਾ ਦੇ ਡੋਟ ਹੈ ਪਲੇ ਗਰਾਉਂਡ ਨਹੀਂ ਹੈਗਾ ਬਿਲਕੁਲ ਚਲ ਦੂਜੀ ਗੱਲ ਹੈ ਨiyet ਵੀ ਨਹੀਂ ਹੈਗੀ ਪਲੇ ਗਰਾਉਂਡ ਨਾ ਹੋਵੇ ਤਾਂ ਨਾ ਸਹੀ ਤੁਸੀਂ ਬੱਚੇ ਨੂੰ ਘੱਟੋ ਘੱਟ ਖੋ ਖੋ ਖਲਾ ਸਕਦੇ ਹੋ ਤੁਸੀਂ ਬਾਸਕਟਬਾਲ ਦੇ ਕੋਰਟ ਬਣਾ ਸਕਦੇ ਹੋ ਤੁਸੀਂ ਟੈਨਿਸ ਟੇਬਲ ਲਿਆ ਕੇ ਰੱਖ ਟੇਬਲ ਟੈਨਿਸ ਟੇਬਲ ਰੱਖ ਸਕਦੇ ਹੋ ਬੈਡਮਿੰਟਨ ਕੋਰਟ ਬਣਾ ਸਕਦੇ ਹੋ ਬਹੁਤ ਚੈਕਿਸਟਿਫਿਸਟਿਕ ਨਾ ਹੁਣ ਸਿੰਪਲ ਹੁਣ ਘੱਟੋ ਘੱਟ ਸੋ ਇੱਕ ਹੁੰਦਾ ਕਿ ਨਜ਼ਰੀਆ ਸੋ ਨਜ਼ਰੀਆ ਵੀ ਬਹੁਤ ਤੰਗ ਹੋ ਗਿਆ ਮਾਪੇ ਵੀ ਚਾਹੁੰਦੇ ਕਿ ਬੱਚੇ ਨੂੰ ਦਸਵੇਂ ਪਾਸ ਬਾਹਰੀ ਪਾਸ ਜਾਂ ਬੀਏ ਮਾ ਜਾਂ ਹੋਰ ਕੋਈ ਡਿਗਰੀ ਮਿਲ ਜਾਏ। ਔਰ ਓਵਰਆਲ ਡਿਵੈਲਪਮੈਂਟ ਬਾਰੇ ਨਾ ਤੇ ਕੋਈ ਡਿਮਾਂਡ ਕਰ ਰਿਹਾ ਤੇ ਨਾ ਕੋਈ ਸਕੂਲ ਦੇ ਰਿਹਾ। ਸੋ ਇਹ ਸਭ ਤਬਦੀਲੀਆਂ ਆਈਆਂ ਨੇ। ਨੰਬਰ 2 ਸਾਡੇ ਜ਼ਮਾਨੇ ਚ ਮੈਨੂੰ ਯਾਦ ਆ ਆਡੀਓ ਵਿਜ਼ੂਅਲ ਬਹੁਤ ਸਟਰੋਂਗ ਹੁੰਦੀ ਸੀ ਕਿ ਜੋ ਮੈਂ ਆਪਣੇ ਸਕੂਲ ਵਿੱਚ ਆਡੀਓਸ ਪੁਰਾਣੀਆਂ ਵੇਖਿਆ ਚਾਹ ਵਰਟੀਕਲ ਟੇਕ ਆਫ ਲੈਂਡਿੰਗ 에ਅਰਕ੍ਰਾਫਟ ਦੀ ਹੈ ਜਾਂ ਹੋਵਰ ਕ੍ਰਾਫਟ ਹੈ। ਇਹ ਕੋਈ ਚੀਜ਼ਾਂ ਜਿਹੜੀਆਂ ਮੈਂ ਪਿਕਚਰਸ ਦੇਖੀਆਂ ਉਹ ਮੇਰੇ ਦਿਮਾਗ ਮੇਰੇ ਜ਼ਹਿਨ ਚ ਪੂਰੀਆਂ ਜਮੀਆਂ ਹੋਈਆਂ ਐ ਅੱਜ ਤੱਕ ਮੈਨੂੰ ਭੁੱਲੀਆਂ ਨਹੀਂ ਗਈਆਂ ਜੀ ਇਸੇ ਤਰੀਕੇ ਅੱਜ ਕੱਲ ਜਿਹੜਾ ਆਡੀਓ ਵਿਜ਼ੂਅਲ ਹੈ 스마트 ਕਲਾਸਰੂਮਸ ਨੇ 스마트 ਬੋਰਡਸ ਨੇ ਇਹ ਬਹੁਤ ਜ਼ਰੂਰੀ ਨੇ ਕਿ ਕਿਉਂਕਿ ਜੋ ਬੱਚਾ ਸੁਣਦਾ ਹੈ ਜੋ ਬੱਚਾ ਦੇਖਦਾ ਅੱਖਾਂ ਨਾਲ ਦੇਖਦਾ ਹੈ ਉਹਦੇ ਦਿਮਾਗ ਚ ਪਿਕਚਰ ਬੈਠ ਜਾਂਦੀ ਹੈ ਔਰ ਸਾਨੂੰ ਇਸ ਗੱਲ ਤੇ ਸਟ੍ਰੈਸ ਦੇਣਾ ਚਾਹੀਦਾ ਹੈ ਕਿ ਅਸੀਂ ਇਸ ਬੰਨੇ ਧਿਆਨ ਦੀ ਇਹ ਸਾਰਾ ਔਰ ਬੱਚੇ ਜਿਹੜੇ ਆ ਕੰਪਰੀਹੈਂਸਿਵ ਬੱਚਾ ਡਵੈਲਪਮੈਂਟ ਹੋਵੇ ਬਿਲਕੁਲ ਸਹੀ ਆਖਿਆ ਜੀ ਸਦਾ ਨਾਨ ਸਿੰਘ ਜੀ ਨੇ ਜਿਹੜੀ ਸਿੱਖਿਆ ਹੁੰਦੀ ਹੈ ਉਹ ਸਾਨੂੰ ਮਾਂ ਦੇ ਪੇਟ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਮੈਂ ਐਕਸਲ ਲੋਕਾਂ ਨੂੰ ਕਹਿਣਾ ਹੁੰਨਾ ਵੀ ਅਸੀਂ ਇੱਕ ਆਪਣੇ ਅੰਦਰ ਹਾਰਡ ਡਿਸਕ ਲੈ ਕੇ ਆਨੇ ਹਾਂ ਜਦੋਂ ਅਸੀਂ ਇਸ ਦੁਨੀਆ ਚ ਆਨੇ ਹਾਂ ਉਹ ਹਾਰਡ ਡਿਸਕ ਦੇ ਵਿੱਚ ਜਿਹੜਾ ਡਾਟਾ ਫੀਡ ਹੁੰਦਾ ਨਾ ਭਾਵੇਂ ਉਸ ਸੁਭਾਅ ਹੈ ਭਾਵੇਂ ਤੁਹਾਡਾ ਮਤਲਬ ਬਿਹੇਵੀਅਰ ਹੈ ਉਹਦੇ ਵਿੱਚ ਤੁਸੀਂ ਬਦਲਾਅ ਚਾਹੋ ਵੀ ਨਹੀਂ ਲਿਆ ਸਕਦੇ ਇਹ ਬਿਲਕੁਲ ਸਹੀ ਗੱਲ ਆ ਔਰ ਜਿੱਦਾਂ ਸਰਾ ਡਾక్టర్ 인ਦਰ ਬੀ ਜੀ ਨੇ ਦੱਸਿਆ ਵੀ ਉਦੋਂ ਸਿੱਖਿਆ ਦੇ ਨਾਲ ਨਾਲ ਹੋਰ ਵੀ ਪਾਸੇ ਧਿਆਨ ਦਿੱਤਾ ਜਾਂਦਾ ਸੀ ਫਿਜ਼ੀਕਲ ਫਿਟਨੈਸ ਵੀ ਬੰਦਾ ਬੱਚਾ ਐਕਟਿਵ ਰਹੇ ਕਿਉਂਕਿ ਜਿਹੜਾ ਬੱਚਾ ਫਿਜ਼ੀਕਲੀ ਫਿਟ ਹੋਏਗਾ ਐਕਟਿਵ ਹੋਏਗਾ ਐਕਸਰਸਾਈਜ਼ ਕਰੇਗਾ ਨੇਚਰਲੀ ਦਸੋ ਦਾ ਬ੍ਰੇਨ ਵਿੱਚ ਜ਼ਿਆਦਾ ਸਹੀ ਚੱਲੇ ਬਿਲਕੁਲ ਆ ਨਾਨ ਸਿੰਘ ਜੀ ਗੱਲ ਕਰੀਏ ਅੱਜ ਦੇ ਯੁੱਗ ਦੇ ਵਿੱਚ ਸੋਸ਼ਲ ਮੀਡੀਆ ਦੇ ਇੰਟਰਨੈਟ ਦੀ ਇਹਦਾ ਕੀ ਪ੍ਰਭਾਵ ਪਿਆ ਔਰ ਐਸੇ ਕਿਉਂਕਿ ਜਿਹੜਾ ਪ੍ਰਿੰਸੀਪਲ ਹੁੰਦਾ ਉਹ ਨਾਲ ਪ੍ਰਬੰਧਕ ਵੀ ਚੰਗਾ ਹੁੰਦਾ ਉਹਦਾ ਸਕੂਲ ਦਾ ਪ੍ਰਬੰਧ ਸਾਰਾ ਉਹਦੇ ਜਿੰਮੇ ਹੁੰਦਾ ਕਿੰਨਾ ਕੁ ਅੱਖ ਅੱਜ ਦੇ ਯੂਥ ਨੂੰ ਆਰਗੇਨਾਈਜ਼ ਕਰਨਾ ਉਹਦਾ ਸੋਚਾਰੂ ਪ੍ਰਬੰਧ ਚ ਉਹਨੂੰ ਲਿਆਉਣਾ ਔਰ ਸੋਸ਼ਲ ਮੀਡੀਆ ਇੰਟਰਨੈਟ ਵਗੈਰਾ ਦਾ ਕੀ ਅਸਰ ਪਿਆ ਦੇਖੋ ਤੁਹਾਡਾ ਆਪਣਾ ਲਾਈਵਲ ਐਟੀਟਿਊਡ ਕੀ ਹੈ ਹियर ਟੂ ਕੰਪੀਟ ਵਿਦ ਯੋਰself ਜੀ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਅਸੀਂ ਦੇਖਦੇ ਹਾਂ ਨਾ ਕਿ ਬੱਚਾ ਜਿਹੜਾ ਹੈ ਉਦੀ ਲਾਈਫ ਵੈਲਿਊ ਬੇਸਡ ਹੋਣੀ ਚਾਹੀਦੀ ਹੈ ਹੀ ਮਸਟ ਅਰਾਈਜ਼ ਦ ਵੈਲਿਊਜ਼ ਕਿ ਵਨ ਬੌਰਨਡ ਹਿਊਮਨ ਬੀਂਗ ਜਿਹੜਾ ਹੈ ਉਹ ਕੀ ਪਲੇ ਕਰਨਾ ਹੈ ਔਰ ਜਿਸ ਤਰ੍ਹਾਂ ਇੱਕ 골ਡ ਹੈ 골ਡ ਹੈ 1 ਕਿਲੋ ਸੋਨਾ ਹੈ ਉਹਦੀ ਵੀ ਵੈਲਿਊ ਜੇ ਇੱਕ ਰਤੀ ਰਹੇਗਾ ਤਦ ਵੀ ਉਹਦੀ ਵੈਲਿਊ ਲੂਸ ਨਹੀਂ ਕਰੇਗਾ ਉਹਦੀ ਵੈਲਿਊ ਰਹੇਗੀ ਸ਼ੀਸ਼ਾ ਜਿਹੜਾ ਹੈ 2 ਫੁੱਟ ਦਾ ਹੈ ਜਾਂ 1/4 ਇੰਚ ਜਿਹੜਾ ਹੈ ਉਹ ਆਪਣੀ ਵੈਲਿਊ ਲੂਸ ਨਹੀਂ ਕਰਦਾ ਦੈਟਸ ਵੈਰ ਵੈਰੀ ਇੰਪੋਰਟੈਂਟ ਇਸੇ ਤਰ੍ਹਾਂ ਹੀ ਜੇਕਰ انسان ਆਪਣੀ ਵੈਲਿਊ ਨਹੀਂ ਉਸ ਨਾ ਕਰੇ ਕਲਾਸਿਕ ਟੀਚਰ ਹੈ ਉਹ ਬੱਚੇ ਨੂੰ ਪੜਾ ਰਿਹਾ ਜੀ ਕਹਿੰਦੇ ਜੀ ਮੇਰੇ ਕੋਲ 500 ਰੁਪਏ ਦਾ ਨੋਟ ਹੈ ਤੇ ਕੌਣ ਲੈਣਾ ਚਾਹੇਗਾ ਹਰ ਬੱਚੇ ਨੇ ਹੱਥ ਖੜਾ ਕੀਤਾ ਸਰ ਮੈਨੂੰ ਦੇ ਦਿਓ ਉਹਨਾਂ ਨੇ ਨੋਟ ਨਹੀਂ ਦਿੱਤਾ ਫਿਰ ਟੀਚਰ ਜਿਹੜਾ ਸੀ ਨੋਟ ਨੂੰ ਚੰਗੀ ਤਰ੍ਹਾਂ ਮਸਕੋ ਦਿੱਤਾ ਹੁਣ ਕੌਣ ਲੈਣਾ ਤੇ ਆਏਗਾ ਜੀ ਉਹ ਬੱਚੇ ਕਹਿੰਦੇ ਫਿਰ ਸੰ ਦੇ ਦਿਓ ਫਿਰ ਟੀਚਰ ਦਿੱਤਾ ਉਹ ਨੋਟ ਜਿਹੜਾ ਸੀ ਚਿਕੜ ਸੁੱਟਦਾਗਾ ਚਿਕੜਾਂ ਭਰ ਗਿਆ ਟੀਚਰ ਨੂੰ ਫੀਲ ਕਿ ਹੁਣ ਕੋਈ ਬੱਚਾ ਡਿਮਾਂਡ ਨਹੀਂ ਕਰੇਗਾ ਉਹ ਬੱਚੇ ਕਹਿੰਦੇ ਸਰ ਸੰ ਦੇ ਦਿਓ ਉਨੇਕ ਬੱਚੇਨ ਪਛਿਆਜਾ ਕਲਾਸ ਦਾ ਮੋਸਟ ਇਨਡਿਫਰੈਂਟ ਸਟੂਡੈਂਟ ਸੀ ਕਹਿੰਦੇ ਕਿਉਂ ਬੱਚੇ ਤੁਸੀਂ ਲੈਣਾ ਜਾਂਦੇ ਜੇ ਕਹਿੰਦਾ ਸਾਰੇ ਇਸ ਆਪਣੀ ਵੈਲਿਊ ਲੂਸ ਨਹੀਂ ਕੀਤੀ ਤੇ ਸਭ ਤੋਂ ਇੰਪੋਰਟੈਂਟ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਮੀਡੀਆ ਦਾ ਕੀ ਰੋਲ ਬਣ ਸਕਦਾ ਜਿਸ ਨੇ ਅਪਰੋਚ ਜੋ ਲਾਈਫ ਉਲ ਹੋਏਗੀ ਉਹ ਨੈਗੇਟਿਵ ਜ ਪੋਜ਼ਿਟਿਵ ਨਿਕਾਲ ਲੈਣਾ ਹੈ ਜੇ ਦੀ ਅਪਰੋਚ ਨੈਗੇਟਿਵ ਹੋਏਗੀ ਉਹਨੇ ਪੋਜ਼ਿਟਿਵ ਨੈਗੇਟਿਵ ਨਿਕਾਲ ਲੈਣਾ ਹੈ ਜੇਕਰ ਅਸੀਂ ਮੀਡੀਆ ਜਿਹੜਾ ਹੈ ਜਿੰਨ ਵਾਲਾ ਇਲੈਕਟ੍ਰੋਨਿਕ ਮੀਡੀਆ ਜਿ ਸੋਸ਼ਲ ਮੀਡੀਆ ਹਾਂਜੀ ਜਾਂ ਪ੍ਰਿੰਟ ਮੀਡੀਆ ਦੀ ਗੱਲ ਕਰ ਰਹੇ ਹਾਂ ਉਹ ਚੀਜ਼ ਦੇਖਣਾ ਹੈ ਕਿ ਉਹ ਤੁਸੀਂ ਦੇਖੋ ਇਹ ਚ ਲੈ ਕੀ ਸਕਦੇ ਆ ਤੁਸੀਂ ਦੇਖੋ ਕੋਈ ਵੀ ਨਿਊਜ਼ਪੇਪਰ ਦੇਖ ਲਓ ਕੋਈ ਤਿੰਨ ਦਿਹਾੜਵਲ ਦਿਨ ਆਏਗਾ ਉਹ ਚ ਮੈਗਜ਼ੀਨ ਸੈਕਸ਼ਨ ਜਿਹੜਾ ਹੈ ਦੈਟਸ ਨੋਲੇਬਲ ਹਰ ਬੱਚੇ ਨੇ ਜਿਹੜਾ ਪੜਨ ਵਾਲਾ ਹੈ ਉਸ ਮੈਗਜ਼ੀਨ ਸੈਕਸ਼ਨ ਚ ਕਾਫੀ ਪਲੈਂਟੀ ਆਫ ਮਟੀਰੀਅਲ ਲੱਭ ਲੈਣਾ ਕਿ ਮੈਂ ਇਹਦੇ ਚ ਕੀ ਗੇਨ ਕਰਾਂ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲਾ ਮਨਾਇਆ ਜਾ ਰਿਹਾ ਹੈ ਇਹ ਚ ਮੈਂ ਕੀ ਗੇਨ ਕੀਤਾ ਗੁਰਗਵਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਤੋਂ ਮਨਾਇਆ ਜਾ ਰਿਹਾ ਹੈ ਮੈਂ ਕੀ ਗੇਨ ਕੀਤਾ ਹੈ ਲੋਹੜੀ ਦਾ ਤਿਹਾਰ ਹੈ ਅਸੀਂ ਆਪਣੇ ਆਪ ਨੂੰ ਸੰਸਕ੍ਰਿਤੀ ਨਾਲ ਦੂਰ ਕੀਤਾ ਹੈ ਅੱਜ ਕੱਲ੍ਹ ਦੇਖੋ ਜਿਹੜੇ ਸਾਡੇ ਦਿਨ ਦਿਹਾੜੇ ਵੀ ਲੱਗੇ ਗਏ ਨਾ ਉਹ ਸਿਰਫ ਫਾਰਮੈਲਿਟੀਜ਼ ਰਹਿ ਗਈਆਂ ਨੇ ਬੱਚੇ ਨੂੰ ਪਤਾ ਕਿ ਸੁੰਦਰ ਬੁੰਦਰੀ ਕੀ ਹੈ ਬੱਚੇ ਨੂੰ ਪਤਾ ਕਿ ਦੁਲਾਵਟ ਕੀ ਹੈ ਔਰ ਜੇਕਰ ਅੱਗੇ ਕਿਸੇ ਦੇ ਘਰ ਕੋਈ ਖੁਸ਼ੀ ਦਾ ਮੌਕਾ ਹੁੰਦਾ ਸੀ ਉਚੇਚਾ ਗਲੀ ਮਲੇ ਦੀ ਔਰਤਾਂ ਰਲ ਕੇ ਬੱਚੇ ਨੇ ਜਨਮ ਲਿਆ ਮੁਬਾਰਕ ਦਿਨ ਜਾਣਾ ਸ਼ਾਦੀ ਹੋਣੀ ਮੁਬਾਰਕ ਦਿਨ ਜਾਣਾ ਹੁਣ ਅਸੀਂ ਜਿਹੜਾ ਸਿਰਫ ਮੋਬਾਈਲ ਤੇ ਜਾਂ ਜਿਹੜਾ ਵਟਸਐਪ ਤੇ ਮੈਸੇਜ ਪੇਸ ਕਰਿਆ ਸਾਡੀ ਆਪਣੀ ਜਿਹੜੀ ਨਾ ਸੋਸ਼ਲ ਲੀਨਿੰਗਸ ਸੋਸ਼ਲ ਰਿਲੇਸ਼ਨਸ ਉਹਦੀ ਵਾਰਮ ਜਿਹੜੀ ਘਟੇ ਜਾ ਰਹੀ ਹੈ ਮੇਰੀ ਤਾਂ ਆਪਣੇ ਤਜਰਬੇ ਤੋਂ ਜੇ ਮੈਂ ਗੱਲ ਕਰ ਰਿਹਾ ਐ ਐਕਸਪੀਰੀਐਂਸ ਕੀ ਹੁੰਦਾ ਐ ਐਕਸਪੀਰੀਐਂਸ ਇਜ਼ ਅ ਨੇਮ which man gives that mistakes ਜੀ ਪਰ ਅਸੀਂ ਫੀਲ ਕਰਦੇ ਆ ਕਿ ਜਿੱਦ ਗਲਤੀਆਂ ਅਸੀਂ ਕਰੀ ਜਾ ਰਹੇ ਆ ਜੀ ਜਿਹੜੀ ਆਉਣ ਵਾਲੀ ਜਨਰੇਸ਼ਨ ਐ ਅਸੀਂ ਉਹਨਾਂ ਸਾਡੇ ਕੋਲ ਦੇਣ ਵਾਸਤੇ ਕੁਝ ਵੀ ਨਹੀਂ ਹੈਗਾ ਜਿਹੜਾ ਕਿ ਨਹੀਂ ਜੀ ਸੋ ਜੀ ਐਜੂਕੇਸ਼ਨ ਐ ਦੈਟ ਸ਼ੁਡ ਬੀ ਪੋਜ਼ਿਟਿਵ ਦੈਟ ਸ਼ੁਡ ਬੀ ਕੰਸਟਰਕਟਿਵ ਅਸੀਂ ਕਹਿੰਨੇ ਗੁੱਡੀ ਜਿਹੜੀ ਬੜੀ ਵੱਡੀ ਉੱਡ ਰਹੀ ਐ ਗੁੱਡੀ ਉੱਚੀ ਤਦ ਉੜੇਗੀ ਜੇ ਤਰ ਕੋ ਮਗਰ ਡੋਰ ਦਾ ਪਿੰਨਾ ਹੈਗਾ ਤੇ ਤੇ ਲਾਈਕ ਲਈ ਰੇਸ ਕਰਨਾ ਚਾਹੁੰਦੇ ਜੇ ਕੋਈ ਵੀ ਪੋਜੀਸ਼ਨ ਅਟੇਨ ਕਰਨਾ ਚਾਹੁੰਦੇ ਜੇ ਉਹਦੇ ਵਾਸਤੇ ਇੰਪੋਰਟੈਂਟ ਚੀਜ਼ ਹੈ ਰਾਈਟ ਡਾਇਰੈਕਸ਼ਨ ਦੀ এডੂਕੇਸ਼ਨ ਸੋ ਇਸ ਕਰਕੇ ਜਿਹੜਾ ਰੋਲ ਹੈ ਮੀਡੀਆ ਆਈ ਡੋਨਟ ਅਟੈਚ ਮਚ ਇੰਪੋਰਟੈਂਸ ਇਹ ਹੁੰਦਾ ਕਿ ਤੁਸੀਂ ਇਹਦੇ ਚੋਂ ਲੈਣਾ ਕੀ ਚਾਹੁੰਦੇ ਆ ਕਿ ਜਿਹੜਾ ਡੈਡੀ ਪਰਸਪੈਕਟਿਵ ਇਹ ਤੁਹਾਡੀ ਸੋਚ ਹੈ ਵੀ ਤੁਸੀਂ ਪੋਜ਼ਿਟਿਵ ਚੀਜ਼ਾਂ ਲੱਭਣੀਆਂ ਚਾਹੁੰਦੇ ਹੋ ਜੈਸ ਮੋਸਟ ਇੰਪੋਰਟੈਂਟ ਸ਼ੁਰੂ ਸਿਨਾ ਡੈਟਸ ਬਹੁਤ ਜ਼ਿਆਦਾ এডੂਕੇਸ਼ਨ ਸੈਕਟਰ ਦੇ ਵਿੱਚ ਕੰਪੀਟੀਸ਼ਨ ਹੋ ਗਿਆ ਜਿਹੜਾ ਛੋਟਾ ਬੱਚਾ ਹੁੰਦਾ ਅਸੀਂ ਉਹਦੇ ਬਰਥ ਦੇ ਨਾਲ ਹੀ ਡਿਸਕਸ਼ਨਾਂ ਸ਼ੁਰੂ ਕਰਦੇ ਨੇ ਆ ਬੱਚੇ ਨੂੰ ਇੱਥੇ ਪਾਇਆ ਜਾਏ ਬੱਚੇ ਨੂੰ ਇੱਥੇ ਪਾਇਆ ਜਾਏ ਉਸ ਲਈ ਅਸੀਂ ਫੀਚਰ ਘਟ ਦੇਖਨੇ ਆ ਦੇਖਨੇ ਆ ਵੀ ਸੋਸਾਇਟੀ ਚ ਜਿਆਦਾ ਬੱਚੇ ਕਿਦੇ ਕਿਹੜੇ ਸਕੂਲ ਚ ਪੜ ਰਹੇ ਨੇ ਜਿਆਦਾ ਕਿਹੜੀ ਸਕੂਲ ਦੀ ਚਰਚਾ ਹੈ ਤੁਸੀਂ ਕੀ ਸਮਝਦੇ ਵੀ ਐਜੂਕੇਸ਼ਨ ਸੈਕਟਰ ਦੇ ਵਿੱਚ ਕੁਆਂਟੀਟੀ ਜ਼ਿਆਦਾ ਜ਼ਰੂਰੀ ਹੈ ਸਕੂਲਾਂ ਦੀ ਕਿ ਕੁਆਲਿਟੀ ਜ਼ਿਆਦਾ ਜ਼ਰੂਰੀ ਹੈ ਹਾਂ ਦੇਖੋ ਜਿੰਨੇ ਸਾਡੇ ਆਬਾਦੀ ਵਧ ਰਹੀ ਹੈ ਔਰ ਜਿੰਨੀ ਆਬਾਦੀ ਸੜੀ ਆਲਰੇਡੀ ਹੈ ਸਾਨੂੰ ਕੁਆਂਟੀਟੀ ਤੇ ਰੱਖਣੀ ਪੈਗੀ ਪੈਗੀ ਜੀ ਔਰ ਉਹ ਹੋ ਵੀ ਗਿਆ ਹੈ ਕਿ ਜਿਹੜੀ ਕੁਆਂਟੀਟੀ ਹੈ ਉਹ ਸਾਰੀ ਗਵਰਨਮੈਂਟ ਸਕੂਲਾਂ 'ਚ ਸ਼ਿਫਟ ਹੋ ਗਈ ਹੈ ਤੇ ਜਿਹੜੀ ਕੁਆਲਿਟੀ ਹੈ ਉਹ ਕੁਝ ਕੁਝ ਪ੍ਰਾਈਵੇਟ ਸਕੂਲਾਂ 'ਚ ਚਲੀ ਗਈ ਹੈ ਜੀ ਸੋ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜਿਹੜੇ ਸਕੂਲ ਦਾ ਨਾਂ ਹੁੰਦਾ ਹੈ ਉਹ ਫੈਸਿਲਿਟੀਆਂ ਚੰਗੀਆਂ ਦੇ ਰਹੇ ਹੁੰਦੇ ਆ ਉਹਨਾਂ ਕੋ ਕਲਾਸਰੂਮ ਚੰਗੇ ਹੁੰਦੇ ਆ ਉਹਨਾਂ ਕੋ ਟੀਚਰਸ ਚੰਗੇ ਹੁੰਦੇ ਆ ਉਹਨਾਂ ਕੋ ਪ੍ਰੋਗਰਾਮਸ ਚੰਗੇ ਹੁੰਦੇ ਆ ਉਹਨਾਂ ਦੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਿਹੜੀਆਂ ਕਿ ਸਟੂਡੈਂਟ ਨੂੰ ਪੂਰਾ ਕੰਪਲੀਟ ਸਟੂਡੈਂਟ ਬਣਾਉਂਦੀਆਂ ਉਹ ਜ਼ਿਆਦਾ ਚੰਗੀਆਂ ਹੁੰਦੀਆਂ ਨੇ ਸੋ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਔਰ ਇਹ ਬੜੇ ਦ ਪੜਾਈ ਦਾ ਔਰ ਸਿਹਤ ਦਾ ਬਜਟ ਜਿਹੜੇ ਕਿ ਦੋ ਇੱਕ ਸੋਸ਼ਲਿਸਟ ਸਟੇਟ ਦੇ ਦੋ ਹੀ ਤੇ ਕੰਮ ਨੇ ਸਾਨੂੰ ਚਾਹੀਦਾ ਕਿ ਸਾਨੂੰ ਸਿਹਤ ਚੰਗੀ ਚਾਹੀਦੀ ਹੈ ਸਾਨੂੰ ਪੜਾਈ ਚੰਗੀ ਚਾਹੀਦੀ ਹੈ ਤਾਂ ਹੀ ਅਸੀਂ ਇਨਸਾਨ ਇਨਸਾਨ ਤਾਂ ਇਨਸਾਨ ਚੰਗਾ ਮਰਦ ਬਣੇਗਾ ਤਾਂ ਚੰਗਾ ਬਣੇਗਾ ਤੁਹਾਡਾ ਤਾਂ ਹੀ ਚੰਗੇ ਭੁੱਖ ਲੈ ਕੇ ਤਾਂ ਜੀ ਅਸੀਂ ਕਿਹਾ ਨਹਿਰੂ ਨੇ ਕੀ ਕੀਤਾ ਨਹਿਰੂ ਨੇ ਸਾਨੂੰ ਆ ਏਮ ਜਿੱਤੇ ਨਹਿਰੂ ਨੇ ਸਾਨੂੰ ਏ ਆਮ ਜਿੱਤੇ ਇਹ ਸਾਰੀ ਜਿਹੜੀ ਸੰਸਥਾਵਾਂ ਨੇ ਇਹਨਾਂ ਦੇ ਕਰਕੇ ਸਾਡਾ ਅੱਜ ਬਾਜ਼ਰ ਦਾ ਵਕਾਰ ਹੈ ਉੱਚਾ ਹੈ ਅਮਰੀਕਾ ਵਰਗੇ ਮਲਕਾਂ ਜੀ ਸੋ ਵਾਪਸ ਆ ਕੇ ਗੱਲ ਆਪਾਂ ਹੋਈ ਕਰੀਏ ਕਿ ਜਿੱਦਾਂ ਪੰਜਾਬ ਆ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਜੋ ਮਾੜਾ ਹਾਲ ਹੈ ਤੁਹਾਨੂੰ ਸਭ ਨੂੰ ਪਤਾ ਇਹ ਗੱਲ ਕਰਨ ਵਾਲੀ ਨਹੀਂ ਹੈਗੀ ਕੋਈ ਜੀ ਜੀ ਲੇਕਿਨ ਇੱਕ ਕੇਬਰੀ ਇੱਕੋ ਹੀ ਬੰਦਾ ਆ ਕੇ ਅਸਰ ਪਾ ਜਾਂਦਾ ਹੁਣ ਕ੍ਰਿਸ਼ਨ ਕੁਮਾਰ ਜਿਹੜੇ ਐਸੋਸੀਏਟਰੀ ਨੇ ਇਹਨਾਂ ਦੇ ਇੱਕ ਬੰਦਾ ਸਿੰਗਲ ਹੈਂਡਰਡਲੀ ਉਹਨੇ ਜਿਹੜੇ ਪੰਜਾਬ ਦੇ ਸਕੂਲਸ ਨੇ ਉਹਨੂੰ ਇੰਪਰੂਵ ਕੀਤਾ ਆ ਉਹਦੇ ਸਰਕਾਰ ਦਾ ਕੋਈ ਲੈਣ ਨਹੀਂ ਸਿਰਫ ਸਰਕਾਰ ਦਾ ਡਿਸੀਜਨ ਸੀ ਕਿ ਇਹਨੂੰ ਬੰਦਨ ਲਾਉਣਾ ਚਾਹੀਦਾ ਔਰ ਬਹੁਤ ਚੰਗਾ ਬੰਦਾ ਹੈ ਇਸੇ ਤਰ੍ਹਾਂ ਜੇ ਜਿਸੀ ਦਿੱਲੀ ਸਰਕਾਰ ਦੀ ਗੱਲ ਕਰੀਏ ਤੇ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਤੇ ਚੱਲ ਰਹੀ ਹੈ ਉਹਨਾਂ ਨੇ ਜੋ ਸਕੂਲਾਂ ਦਾ ਸੋਹਣਾ ਹਾਲ ਬਣਾਇਆ ਹੈ ਪਰ ਤਰੀਕਾ ਕੀ ਹੈ ਦੋ ਚੀਜ਼ਾਂ ਨਾ ਕੀਤੀਆਂ ਇੱਕ ਤਾਂ ਨਾ ਬਜਟ ਦਿੱਤਾ ਖੁੱਲਾ ਬਜਟ 25 27% ਆਪਣਾ ਬਜਟ ਉਹ ਐਜੂਕੇਸ਼ਨ ਦੇ ਰਹੇ ਨਹੀਂ ਨੰਬਰ 2 ਸਿਨਸਅਰਿਟੀ ਨਾ ਦੇ ਰਹੇ ਨੇ ਔਰ ਇਹਨੇ ਚੰਗੇ ਸਕੂਲ ਬਣ ਗਏ ਨੇ ਜਿਹੜੇ ਲਿਫਟਾਂ ਲੱਗੀਆਂ ਨੇ ਜਿਨ੍ਹਾਂ ਚ ਸਵਿਮਿੰਗ ਪੂਲ ਹੈਗੇ ਨੇ ਜਿਨ੍ਹਾਂ ਚ ਬਾਥਰੂਮ ਜਿੰਨੇ ਸਾਫ਼ ਨੇ ਜਿਵੇਂ ਤੁਹਾਡੇ ਆਪਣੇ ਘਰ ਦੇ ਬਾਥਰੂਮ ਹੁੰਦੇ ਆ ਚੰਗਾ ਮਾਹੌਲ ਹੋਏਗਾ ਚੰਗਾ ਮਾਹੌਲ ਹੋਏਗੀ ਮੈਨੂੰ ਕਿਸ ਨੇ ਪੁੱਛਿਆ ਕਿ ਇੰਨੀ ਇਨਵੈਸਟਮੈਂਟ ਤੁਸੀਂ ਬਿਲਡਿੰਗਾਂ ਤੇ ਕਰ ਰਹੇ ਹੋ ਕਿਉਂ ਕਰ ਰਹੇ ਹੋ ਮੈਂ ਕਿਹਾ ਤਾਂ ਕਿ ਬੱਚਾ ਉਥੇ ਇਨਫੀਰੀਟੀ ਕੰਪਲੈਕਸ ਨਾ ਕਰੇ ਜੀ ਇਨਫੀਰੀਟੀ ਕੰਪਲੈਕਸ ਬੰਦਾ ਫੀਲ ਨਾ ਕਰੇ ਕਿ ਮੈਂ ਜਾਣਾ ਮਤਲਬ ਪ੍ਰਾਊਡਲੀ ਕਹਿ ਸਕੇ ਮੇਰਾ ਫਲਾਣਾ ਸਕੂਲ ਹੈਗਾ ਔਰ ਮੈਂ ਉਥੇ ਪੜਦਾ ਔਰ ਸਾਡੀ ਬਿਲਡਿੰਗ ਬੜੀ ਸੋਹਣੀ ਹੈ ਸਾਡੇ ਟੀਚਰ ਟੀਚਰ ਦੇ ਕੋ ਗਵਰਨਮੈਂਟ ਸਕੂਲ ਦੇ ਬਹੁਤ ਚੰਗੇ ਨੇ ਕੋ ਸ਼ੱਕ ਵਾਲੀ ਗੱਲ ਨਹੀਂ ਹੈ ਸਿਰਫ ਉਹਨਾਂ ਨੂੰ ਹੌਸਲਾ ਦਿੱਤਾ ਜਾਵੇ ਉਹਨਾਂ ਨੂੰ ਫੈਸਿਲਿਟੀ ਦਿੱਤੀ ਜਾਣ ਸਮਾਰਟ ਕਲਾਸਰੂਮ ਦਿੱਤੇ ਜਾਣ ਤੇ ਉਹੀ ਪੂਰਾ ਇੱਕਦਮ ਬੱਚਿਆਂ ਦੀ ਜਿਹੜੀ ਕਾਇਨਾਤ ਉਹ ਬਦਲ ਸਕਦੇ ਜੀ ਸਭ ਕੁਝ ਉਹਨਾਂ ਦਾ ਸਾਰਾ ਸਿਸਟਮ ਬਦਲ ਸਕਦੇ ਆ ਜੀ ਜੀ ਸੋ ਤੁਹਾਡੀ ਗੱਲ ਠੀਕ ਹੈ બીજી ਗੱਲ ਹੈ ਤੁਸੀਂ ਸਾਡੇ ਨਾਨਸ ਨੂੰ ਸਵਾਲ ਪੁੱਛਿਆ ਸੀਗਾ ਕਿ ਇਹ ਮੀਡੀਆ ਜਿਹੜਾ ਇਹਦਾ ਕੀ ਰੋਲ ਹੈ ਇਹ ਤਾਂ ਬਹੁਤ ਇੰਪੋਰਟੈਂਟ ਰੋਲ ਜੇ ਇੱਕ ਤੇ ਕਲਿੱਕ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਜੀ ਨੰਬਰ 2 ਤੁਸੀਂ ਹੁਣ ਕੁਆਲਿਟੀ ਔਰ ਕੁਆਂਟੀਟੀ ਦੀ ਗੱਲ ਕੀਤੀ ਜਿਵੇਂ ਸਾਡੀ ਆਬਾਦੀ ਵਧ ਰਹੀ ਹੈ ਅਸੀਂ ਇਹਨੇ ਕਲਾਸਰੂਮ ਵਧਾਈ ਨਹੀਂ ਸਕਨੇ ਸੋ ਪ੍ਰੋਬਬਲੀ ਗਵਰਨਮੈਂਟ ਸੇ ਸੋਚਣ ਗਿਆ ਕਿ ਅਸੀਂ ਬੱਚੇ ਨੂੰ ਸਿਰਫ 3 ਦਿਨ ਸਕੂਲ ਮਗਾਈਏ ਔਰ 3 ਦਿਨ ਉਹ ਘਰ ਰਹਿਣ ਔਰ ਉਹ ਘਰ ਬੈ ਕੇ ਐਜੂਕੇਸ਼ਨ ਲੈਣ ਜੀ ਔਰ ਇਹ ਐਜੂਕੇਸ਼ਨ ਆਵੇਲੇਬਲ ਹੋਏਗੀ ਉਹਨਾਂ ਦੇ ਫੋਨ ਤੇ ਆਵੇਲੇਬਲ ਹੋਏਗੀ ਉਹਨਾਂ ਦੇ ਕੰਪਿਊਟਰ ਸੇ ਆਵੇਲੇਬਲ ਹੋਏਗੀ ਸੋ 3 ਦਿਨ ਟੀਚਰਸ ਨਾਲ ਇੰਟਰੈਕਸ਼ਨ ਹੋਏਗਾ 3 ਦਿਨ ਜਾ ਕੇ ਉਹ ਆਪਣੇ ਘਰ ਪੜਨਗੇ ਸੋ ਇਹ ਜਿਹੇ ਗੱਲਾਂ ਜਿਹੜੇ ਗਵਰਨਮੈਂਟ ਸੋਚ ਰਹੀਆਂ ਨੇ ਜਾਂ ਜਿਹੜੇ CBSE ਵਾਲੇ ਸੋਚ ਰਹੇ ਨੇ ਪੰਜਾਬ ਬੋਰਡ ਵਾਲੇ ਸੋਚ ਰਹੇ ਨੇ ਇਹ ਸਾਰੇ ਫਿਊਚਰ ਐਸਾ ਕਰਨਾ ਪਏਗਾ ਜੀ ਜੀ ਬੜੀ ਸੋਹਣੀ ਗੱਲ ਆਖੀ ਹੈ ਜੀ ਜ਼ਿੰਮੇਵਾਰੀ ਹਰ ਕੋਈ ਆਪਣੀ ਨਿਭਾਉਂਦਾ ਹੈ ਜਿਹੜਾ ਪ੍ਰਿੰਸੀਪਲ ਉਹ ਆਪਣੀ ਨਿਭਾ ਰਿਹਾ ਟੀਚਰ ਆਪਣੀ ਨਿਭਾ ਰਿਹਾ ਪਰ ਕਿਹੜੇ ਹਾਲਾਤਾਂ ਨੇ ਕਿਹੜੇ ਹਾਲਾਤ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਉਹ ਜਿਹੀਆਂ ਬਿਲਡਿੰਗਾਂ ਹਨ ਬੜੀ ਸੋਹਣੀ ਗੱਲ ਹੈ ਜੇ ਦਿੱਲੀ ਸਰਕਾਰ ਕਰ ਸਕਦੀ ਹੈ ਹੋਰ ਵੀ ਸਰਕਾਰਾਂ ਨੂੰ ਚਾਹੀਦਾ ਗਿਆਨ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਆਹ ਗੱਲ ਜਦੋਂ ਡਿਸਕਸ਼ਨ ਕਰੀਦਾ ਤਾਂ ਬੜੀ ਜਲਦੀ ਗਈਦਾ ਜੀ ਇਹ ਸਾਡਾ ਭੁੇਖਾ ਪਰ ਭੁੇਖ ਨੂੰ ਜੇ ਅਸੀਂ ਸਾਂਭਾਂਗੇ ਨਹੀਂ ਕੋਈ ਇੱਕ ਬਾਰੇ ਸੋਚਾਂਗੇ ਨਹੀਂ ਫਿਰ ਇਹ ਗੱਲ ਨੂੰ ਕਿਵੇਂ ਅਸੀਂ ਅਮਲੀ ਜਾਮਾ ਪਾ ਸਕਣੇ ਆ ਸਰ ਨਾਨ ਸਿੰਘ ਜੀ ਮੈਂ ਇੱਕ ਹੋਰ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਅੱਜ ਇੰਨਾ ਸਮਾਂ ਬਦਲ ਗਿਆ ਐਨੀ ਅਪਗ੍ਰੇਡ ਹੋ ਇਹ ਹਰ ਚੀਜ਼ ਅਪਗ੍ਰੇਡ ਹੋ ਗਈ ਪਰ ਅੱਜ ਵੀ ਬੱਚਾ ਨਰਸਰੀ ਪ੍ਰੀ ਨਰਸਰੀ ਪੈ ਗਿਆ ਪਰ ਜਦੋਂ ਟਾਈਮ ਆਂਦਾ 7ਵੀਂ 8ਵੀਂ 9ਵੀਂ ਦਾ ਜਾਂ 10ਵੀਂ ਦਾ ਜਾਂ ਪਲੱਸ 1 ਦਾ ਬੱਚੇ ਨੂੰ ਦਾ ਟੇਸਟ ਬੱਚੇ ਦੀ ਸੋਚ ਨੂੰ ਘੱਟ ਦੇਖਿਆ ਜਾਂਦਾ ਪੇਰੈਂਟਸ ਡਿਸਾਈਡ ਕਰ ਲੈਂਦੇ ਆ ਵੀ ਇਹਨੂੰ ਆਪਾਂ ਡਾਕਟਰ ਜ਼ਰੂਰ ਬਣਾਣਾ ਹੈ ਇਹਨੂੰ ਇੰਜੀਨੀਅਰ ਜ਼ਰੂਰ ਬਣਾਣਾ ਹੈ ਕਿ ਇਸ ਸਿਸਟਮ ਦੇ ਵਿੱਚ ਕੋਈ ਬਦਲਾਅ ਆਇਆ ਦੇ ਨਹੀਂ ਆਇਆ ਤੇ ਕੀ ਕਰ ਜੋ ਕੋਈ ਇਸ ਤਰ੍ਹਾਂ ਹੈ ਕਿ ਪੇਰੈਂਟਸ ਜਿਹੜੇ ਨੇ ਆਪਣੇ ਜ਼ਿੰਦਗੀ ਦੇ ਅਧੂਰੇ ਸੁਪਨੇ ਪੂਰਾ ਕਰਨਾ ਚਾਹੁੰਦੇ ਨੇ ਬੱਚਿਆਂ ਤੇ ਜੀ ਇੱਕ ਫਾਦਰ ਡਾਕਟਰ ਬਣਨਾ ਚਾਹੁੰਦਾ ਸੀ ਉਹ ਨਹੀਂ ਬਣਤਾ ਕਿਉਂਕਿ ਉਹਨਾਂ ਦਾ ਬੱਚਾ ਡਾਕਟਰ ਬਣਿਆ ਬੱਚੇ ਦੀ ਕਪੈਸਿਟੀ ਤੇ ਕਪੇਬਿਲਿਟੀ ਜਿਹੜੀ ਆ ਉਹ ਇੱਕ ਕੰਪਿਊਟਰ ਬਣਦੀ ਨਹੀਂ ਅੱਜ ਦੇ ਕੋਲ ਮੈਡੀਕਲ profession ਟੌਪ ਕਿਸ ਤਰ੍ਹਾਂ ਐਕਸਪੈਕਟ ਕਰ ਸਕਦੇ ਆ ਸਭ ਤੋਂ ਫਿਰ ਇੰਪੋਰਟੈਂਟ ਜਿਹੜੀ ਚੀਜ਼ ਹੈ ਇਹਦੇ ਚ ਇਹਦੇ ਵਿੱਚ ਮਾਂ-ਬਾਪ ਦਾ ਰੋਲ ਬਹੁਤ ਇੰਪੋਰਟੈਂਟ ਹੈ ਔਰ ਟੀਚਰ ਦਾ ਰੋਲ ਬਹੁਤ ਇੰਪੋਰਟੈਂਟ ਹੈ ਸਭ ਤੋਂ ਪਹਿਲਾਂ ਬੱਚਿਆਂ ਨੂੰ ਮੋਟੀਵੇਸ਼ਨ ਚਾਹੀਦੀ ਹੈ ਦੈਟਸ ਵੈਰੀ ਵੈਰੀ ਇੰਪੋਰਟੈਂਟ ਕਿ ਰੋਲ ਆਫ এডੂਕੇਸ਼ਨ ਇਨ ਲਾਈਫ ਇੰਪੋਰਟੈਂਸ ਆਫ এডੂਕੇਸ਼ਨ ਇਨ ਲਾਈਫ ਅੱਜ ਦੇਖੋ ਕੀ ਦੇਖ ਰਹੇ ਆ ਕਿ ਪੰਜਾਬ ਨੇ ਤਿੰਨ ਸੰਤਾਪ ਹੋ ਕੇ ਨੇ ਇੱਕ ਪਹਿਲਾ ਸੰਤਾਪ ਸੀਟਾ ਜਿੰਦਾ ਦੈਟ ਯੂ ਥਿੰਕ ਆਫ ਦਾ ਪਾਸਟ ਨੈਕਸਟ ਆਇਆ ਹੈ ਡਰੱਗਸ ਦਾ ਹੁਣ ਤੀਸਰਾ ਜਿਹੜਾ ਬੜਾ ਵੱਡਾ ਸੰਤਾਪ ਹੈ ਕਿ ਬੱਚੇ ਬਾਹਰ ਦੌੜੀ ਜਾ ਰਹੇ ਨੇ ਜੀ ਜੀ ਬਹੁਤ ਚਿੰਤਾ ਕਰਨ ਕੀ ਹੈਗਾ ਬੜਾ ਵੱਡਾ ਵਿਸ਼ਾ ਹੈ ਜੀ ਜੀ ਕਿ ਜਮ ਕੋਈ ਰਿਹਾ ਪਾਲ ਕੋਈ ਜਾ ਰਿਹਾ ਐਜੂਕੇਸ਼ਨ ਕੋਈ ਦੇ ਰਿਹਾ ਜਮ ਪੁਰ ਕੇ ਉਹਨਾਂ ਦੋਸ਼ਾਂ ਦੇ ਵਿੱਚ ਉਹ ਬੱਚੇ ਜਿਹੜੇ ਨੇ ਪਰਫੈਕਸ਼ਨ ਜਾ ਕੇ ਬਣ ਜਾਂਦੇ ਆ ਉਹਨਾਂ ਦੇਸ਼ਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਪਰ ਪਲੇ ਅਪਲਾਈ ਇੱਕ ਲਾਇਕ ਕਾਬਲ ਬੱਚਾ ਮਿਲ ਗਿਆ ਜਿਹੜਾ ਉੱਥੇ ਚਲਾ ਗਿਆ ਉਸਨੇ ਕਿਸਾ ਬਣ ਜਾਂਦਾ ਹੈ ਇਹਦਾ ਮਤਲਬ ਹੈ ਕਿ ਜੇਕਰ ਪਹਿਲੇ ਹੀ ਕੀਚਰ ਮਾਂ-ਬਾਪ ਬੱਚੇ ਨੂੰ ਮੋਟੀਵੇਟ ਪ੍ਰੋਪਰਲੀ ਕਰਨ ਕਿ ਤੁਸੀਂ ਐਜੂਕੇਸ਼ਨ ਲੈ ਕੇ ਵੱਡਣਾ ਕੀ ਚਾਹੁੰਦੇ ਜੀ ਕਿਉਂਕਿ ਜੋ ਕੁਝ ਕਿਸੇ ਨੂੰ ਵੱਡਣਾ ਹੈ ਨਾ ਬੱਚਾ ਖੁਦ ਜਿਹੜਾ ਉਹਦੇ ਵਾਸਤੇ ਮੈਂਟਲਟੀ ਪ੍ਰੇਪੇਅਰ ਹੋਣਾ ਚਾਹੀਦਾ ਹੈ ਔਰ ਸਬਸਟ ਇੰਪੋਰਟੈਂਟ ਚੀਜ਼ ਹੈ ਮੋਟੀਵੇਸ਼ਨ ਮੈਂ ਪਹਿਲੀ ਗੱਲ ਕਰ ਮੋਟੀਵੇਸ਼ਨ ਕਿ ਅਸੀਂ ਫੁਲਕਾ ਪਕਾਉਣ ਦੇ ਵਾਸਤੇ ਪਹਿਲ ਤਵਾ ਗਰਮ ਕਰਦੇ ਹਾਂ ਠੰਡੇ ਤਵੇ ਪਰ ਫੁਲਕਾ ਨਹੀਂ ਪਕੇਗਾ ਔਰ ਤਵਾ ਗਰਮ ਕਰਨਾ ਪਏਗਾ ਸਿਮਰਲੀ ਬੱਚਾ ਜੇ ਦੇਖੀਏ ਕਿ ਕਿਸ ਲੈਵਲ ਤੱਕ ਐਜੂਕੇਸ਼ਨ ਜਿਹੜਾ ਉਹਦੇ ਵਾਸਤੇ ਰਿਸੈਪਟਿਵ ਹੈ ਇਹਦੀ ਕਪੈਸਿਟੀ ਕਿੰਨੀ ਹੈ 2 ਘੰਟੇ ਦੀ ਪੜ੍ਹਦੀ ਹੈ 4 ਘੰਟੇ ਦੀ 8 ਘੰਟੇ ਦੀ ਹੈ ਉਹਦੇ ਮੁਤਾਬਕ ਸਮਝਦੇ ਉਤੇ ਬੋਝ ਪਾਇਆ ਜਾਏ ਤੇ ਕੁਝ ਅਚੀਵ ਕੀਤਾ ਜਾ ਸਕਦਾ ਹੈ ਬਿਲਟ ਵਰਕ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਕੰਦਾ ਐਟਮੋਸਫੇਅਰ ਜ਼ਰੂਰੀ ਹੈ ਔਰ ਸਕੂਲ ਦੇ ਵਿੱਚ ਜਾਂ ਕਾਲਜ ਵਿੱਚ ਟੀਚਰ ਦੀ ਮੋਟੀਵੇਸ਼ਨ ਜਿਹੜੀ ਬੜੀ ਜ਼ਰੂਰੀ ਹੈ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਘਰਾਂ ਵਿੱਚ ਵੀ ਕਮੀ ਨਜ਼ਰ ਆ ਰਹੀ ਹੈ ਔਰ ਇੰਸਟੀਚਿਊਸ਼ਨ ਵਿੱਚ ਜਿਹੜਾ ਨਾ ਉਹ ਕਮੀ ਨਜ਼ਰ ਆ ਰਹੀ ਹੈ ਜਿਹੜੇ ਟੀਚਰਸ ਕੋਲ ਅਸੀਂ ਪੜੇ ਸੀ ਉਸ ਲੈਵਲ ਦੇ ਟੀਚਰ ਜਿਹੜੇ ਨਹੀਂ ਉਹਨਾਂ ਦੀ ਸਾਨੂੰ ਕਮੀ ਨਜ਼ਰ ਆ ਰਹੀ ਹੈ ਤੇ ਸਟੂਡੈਂਟ ਇਨਵੋਲਵਮੈਂਟ ਦੀ ਕਮੀ ਜਿਹੜੀ ਨਜ਼ਰ ਆ ਰਹੀ ਹੈ ਸਟੂਡੈਂਟ ਕੋਲ ਆਪਣੀਆਂ ਬੜੀਆਂ ਡਾਇਵਰਸ਼ਨਸ ਹੈ ਉਹ ਕੋਈ ਆਪਣੀ ਨੈਟਵਰਕਿੰਗ ਆਪ ਕਰੀਏਟ ਕਰਦੇ ਨੇ ਉਹ ਮੁਸਾਬਕ ਚਲਣਾ ਚਾਹੁੰਦੇ ਨੇ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਜਿਹੜਾ ਬਿਲਕੁਲ ਠੀਕ ਹੈ ਬਿਲਕੁਲ ਗੱਲ ਸਹੀ ਹੈ ਜੀ ਅੱਜ ਜਦੋਂ ਇੱਕ ਬਚਪਨ ਹੁੰਦਾ ਇੱਕ ਫਿਰ ਜਵਾਨੀ ਆਉਂਦੀ ਹੈ ਜਦੋਂ ਬੱਚਾ ਇਸ ਦੌਰ ਤੇ ਆਂਦਾ ਤੇ ਉਹਦੇ ਕੋਲ ਆਪਣੀ ਕ੍ਰੀਏਟੀਵਿਟੀ ਬੜੀ ਹੁੰਦੀ ਹੈ ਗੂਗਲਸ ਤੇ ਜਾਓ ਇੰਟਰਨੈਟ ਤੇ ਇਹ ਦੇਖੋ ਦੇਖੋ ਵੱਖ-ਵੱਖ ਸਾਈਟਾਂ ਖੋਲੋ ਦੱਸਾ ਸਾ ਨਾਨਸੀ ਉਹਨਾਂ ਨੇ ਗੱਲ ਆਖੀ ਵੀ ਬੱਚਿਆਂ ਦਾ ਰਿਜ਼ਾਨ ਬਾਹਰ ਜਾਂਦਾ ਹੋ ਗਿਆ ਕੀ ਮਹਿਸੂਸ ਕਰਦੇ ਹੋ ਇਸ ਨਾਲ ਆਨਲਾਈਨ ਸਮੇਂ ਦੇ ਵਿੱਚ ਇੱਥੇ ਯੂਥ ਦੀ ਘਾਟ ਨਹੀਂ ਹੋਈ ਜੀ ਉਹ ਸਭ ਤੋਂ ਜ਼ਿਆਦਾ ਮੈਂ ਇਹ ਮਹਿਸੂਸ ਕਰਨਾ ਕਿ ਜੀ ਅੱਜ ਕੱਲ੍ਹ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਬੱਚੇ ਆ ਜਦ ਇੱਕ ਪਰਿਵਾਰ ਦਾ ਬੱਚਾ ਭਾਵੇਂ ਉਹ ਫਿਊਚਰ ਬਣਾਉਣ ਲਈ ਭਾਵੇਂ ਉਹ ਸਟੱਡੀਜ਼ ਲਈ ਭਾਵੇਂ ਬਸ ਸੈਟਲ ਹੋਣ ਲਈ ਜਾਂਦਾ ਪੇਰੈਂਟਸ ਇੱਥੇ ਇਕੱਲੇ ਰਹਿ ਜਾਂਦੇ ਹਨ ਕੀ ਇਹ ਜਿਹੜਾ ਟ੍ਰੈਂਡ ਚੱਲਿਆ ਹੈ ਆਨਲਾਈਨ ਸਮੇਂ ਦੇ ਵਿੱਚ ਇਹਦਾ ਨੁਕਸਾਨ ਨਹੀਂ ਸਾਡੇ ਸਮਾਜ ਨੂੰ ਜੇ ਗੱਲ ਕਰੀਏ ਹਾਂਜੀ ਬਿਲਕੁਲ ਠੀਕ ਗੱਲ ਹੈ ਜੀ ਬਿਲਕੁਲ ਨੁਕਸਾਨ ਹੋਏਗਾ ਸਾਡੇ ਸਮਾਜ ਨੂੰ ਕਿਉਂਕਿ ਜਿਹੜੇ ਇੰਟੈਲੀਜੈਂਸੀ ਆ ਉਹਨਾਂ ਸਾਨੂੰ ਲੀਡ ਕਰਨਾ ਹੁੰਦਾ ਹਾਂ ਜਿਵੇਂ ਨਾਨ ਸਿੰਘ ਜੀ ਆਖਿਆ ਵੀ ਬਾਹਰ ਕੈਰੀਅਰ ਬਣਾ ਲੈ ਬੜੀ ਸੋਹਣੀ ਗੱਲਾਂ ਕੀਤੀਆਂ ਇਹਨਾਂ ਨੇ ਲੇਕਿਨ ਗੱਲ ਇਹ ਹੈ ਕਿ ਹੁਣ ਇਹ ਜੋ ਹਾਲਾਤ ਚੱਲ ਰਹੇ ਨੇ ਤੇ ਇਹ ਮੈਂ ਸਭ ਨਾਲ ਗੱਲ ਕਰਦਾ ਹੁੰਦਾ ਹੁੰਦਾ ਕਿ ਜੇ ਹਾਲਾਤ ਇਹ ਖਲੋ ਵੀ ਜਾਣ ਨਾ ਜਿੰਨੇ ਮਾਰੇ ਹੋ ਗਏ ਨੇ ਉਹ ਇੱਥੇ ਖੜੇ ਵੀ ਹੋ ਜਾਣ ਤਾਂ ਵੀ ਚਲੋ ਬੱਚੇ ਬਾਹਰ ਜਾਣਾ ਬੰਦ ਕਰ ਦੇਣ ਪਰ ਆਪਾਂ ਤੇ ਬੜੇ ਸੋਹਣੇ ਤਰੀਕੇ ਨਾਲ نیچے ਡਿੱਗ ਰਹੇ ਆ ਔਰ ਉਹਦੇ ਸਿਰਫ এডਿਕੇਸ਼ਨ ਦੇ ਚੱਕਰ ਨਹੀਂ ਉਹ ਤੁਹਾਡਾ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਤੁਹਾਡੀ ਸੋਸ਼ੀਅਲੋਜੀਕਲ ਪ੍ਰੋਬਲਮਸ ਨੇ ਤੁਸੀਂ ਕਿਤੇ ਬਾਹਰ ਨਿਕਲਦੇ ਹੋ ਰੈਸਟੋਰੈਂਟ ਜਾਂਦੇ ਹੋ ਕੰਪਲਿਟ ਜਾਂਦੇ ਹੋ ਸਿਕਿਉਰ ਮੈਨ ਤੁਹਾਨੂੰ ਇਹ ਨਹੀਂ ਕਹਤਾਂ ਛੇੜਦਾ ਕੋਈ ਤੁਹਾਡਾ ਘੂਰ ਘੂਰ ਵੇਖਣਗੇ ਸੋ ਇੱਥੇ ਰਹਿਣਾ ਕਾਫੀ ਜ਼ਿਆਦਾ ਔਖਾ ਹੋ ਗਿਆ ਔਰ ਇਹ ਬੜਾ ਬੜਾ ਫਲੱ ਇਹ ਹੜ ਹੀ ਆ ਗਿਆ ਔਰ ਹੜ ਮੇਰਾ ਨਹੀਂ ਖਿਆਲ ਕੇ ਨਹੀਂ ਰੁਕਣਾ ਇਹ ਉਹਨੂੰ ਰੁਕਣਾ ਜਦੋਂ ਬਾਹਰੀ ਬਾਹਰੀ ਸਰਕਾਰਾਂ ਨੇ ਲੈਣੇ ਬੰਦ ਕਰਤੇ ਇਹ ਇਹ ਵੀ ਇਹ ਵੀ ਕਾਰਨ ਹੋ ਸਕਦਾ ਹੈ ਕਿ ਇੱਥੇ ਬੱਚਿਆਂ ਨੂੰ ਫਿਊਚਰ ਲੱਗਦਾ ਵੀ ਇੱਥੇ ਇੱਕ ਚੰਗਾ ਜੌਬ ਨਹੀਂ ਮਿਲਣਾ ਚੰਗਾ ਸੈਲਰੀ ਪੈਕੇਜ ਨਹੀਂ ਮਿਲਣਾ ਇਹ ਇੱਕ ਇਹ ਵੀ ਕਾਰਨ ਹੋ ਸਕਦਾ ਤੁਸੀਂ ਦੇਖੋ ਨਾ ਡਾਕਟਰ ਬੜਾ ਡਾਕਟਰ ਦੀ ਗੱਲਾਂ ਹੁੰਦੀਆਂ ਡਾਕਟਰ ਤੇ ਡਾਕਟਰ ਬਣ ਜਾਓਗੇ ਤੁਹਾਨੂੰ ਕੀ ਮਿਲੇਗਾ ਤੁਹਾਨੂੰ 10000 ਰੁਪਏ ਮਿਲੇਗਾ ਜੀ ਠੀਕ ਹੈ ਨਾ 10000 ਰੁਪਿਆ ਅੱਛਾ ਬਾਹਰ ਜਾ ਕੇ ਔਰ 10000 ਤੁਸੀਂ ਕੀ ਲੈ ਸਕਦੇ ਹੋ ਹਿੰਦੁਸਤਾਨ ਤੁਹਾਨੂੰ ਸਭ ਨੂੰ ਪਤਾ ਜੀ 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 ਬਾਹਰ ਜਾ ਕੇ ਤੁਸੀਂ ਲੇਬਰ ਵੀ ਕਰਦੇ ਹੋ ਨਾ ਤੁਸੀਂ ਟਰੱਕ ਚਲਾਉਂਦੇ ਹੋ ਤੁਸੀਂ ਚਾਹੇ ਕੰਸਟਰਕਸ਼ਨ ਲੇਬਰ ਦਾ ਕੰਮ ਕਰਦੇ ਹੋ ਤੁਸੀਂ ਕਿਸੇ ਸਟੋਰ ਜਾ ਕੇ ਕੰਮ ਕਰਦੇ ਹੋ ਤਾਂ ਵੀ ਤੁਸੀਂ ਸੈਕੰਡ ਹੈਂਡ ਕਾਰ ਲੈ ਸਕਦੇ ਹੋ ਕਿਰਾਏ ਦਾ ਕਾਰ ਲੈ ਸਕਦੇ ਹੋ ਤੁਸੀਂ ਗਰੋਸਰੀ ਬੜੀ ਸੋਹਣੀ ਲੈ ਸਕਦੇ ਹੋ ਕਹਿੰਦਾ ਮਤਲਬ ਹੈ ਕਿ ਤੁਸੀਂ ਬੜਾ ਸੋਹਣਾ ਡੰਗ ਪਾ ਸਕਦੇ ਹੋ ਔਰ ਇੱਕ ਸੋਹਣੇ ਮਾਹੌਲ ਵਿੱਚ ਸਾਫ਼ ਹਵਾ ਸਾਫ਼ ਪਾਣੀ ਕਾਨੂੰਨ ਹੈਗਾ ਤੁਹਾਡੀ ਕਦਰ ਹੈਗੀ ਹੈ ਤੁਹਾਡੀ ਕਦਰ ਹੈ ਹਿਊਮਨ ਲਾਈਫ ਦੀ ਕਦਰ ਹੈ ਤੁਹਾਡੀ ਜ਼ਿੰਦਗੀ ਦੀ ਕਦਰ ਹੈ ਔਰ ਤੁਹਾਡੀ ਸੁਣਵਾਈ ਹੈ ਉੱਥੇ ਜਿੰਨੀ ਸੁਣਵਾਈ ਇੱਕ ਡਾਕਟਰ ਦੀ ਹੈ ਇੰਜੀਨੀਅਰ ਦੀ ਹੈ ਉਨੀ ਸੁਣਵਾਈ ਕਿਤੇ ਲੇਬਰ ਕਲਾਸ ਦੀ ਹੈ ਉਹ ਤੇ ਸਭ ਬਰਾਬਰ ਕੰਮ ਹੈ ਸੋ ਇਹ ਜੇ ਮਾਲ ਨੂੰ ਜਦੋਂ ਬੱਚੇ ਵਿੰਦੇ ਨੇ ਤੇ ਮੈਂ ਤੇ ਬਿਲਕੁਲ ਇਲਜ਼ਾਮ ਨਹੀਂ ਲਗਾਉਂਦਾ ਬੱਚੇ ਬਾਹਰ ਜਾ ਰਹੇ ਨੇ ਔਰ ਹੜਮ ਨੂੰ ਜਾ ਰਹੇ ਨੇ ਔਰ ਫਿਗਰ ਜਿੰਨੀ ਅਸਟਾਊਂਡਿੰਗ ਨੇ 2 ਸਾਲ ਪਹਿਲਾਂ ਸ਼ਾਇਦ ਟ੍ਰਿਬਿਊਨ ਚ ਆਇਆ ਸੀਗਾ ਕਿ 75000 ਕਰੋੜ ਰੁਪਿਆ ਸਾਡਾ ਸਾਲ ਦਾ ਬਾਜ ਆ ਰਿਹਾ 75000 ਕਰੋੜ ਰੁਪੀਜ਼ ਤੇ ਵਾਪਸ ਕਿਨਾਰਾ ਆ ਰਿਹਾ 10000 ਹਾਂਜੀ ਤੇ ਕੋਈ ਜ਼ਮਾਨਾ ਸੀ ਜੋ 75000 ਕੋਟ ਹੁੰਦਾ ਸੀ ਤਾਂ ਫਿਰ 10000 ਜਾਂਦਾ ਸੀਗਾ ਸੋ ਬਿਲਕੁਲ ਰਿਵਰਸ ਹੋ ਗਿਆ ਕਰ ਬਿਲਕੁਲ ਠੀਕ ਹੈ ਜੀ ਡਾਕਟਰ ਸਾਹਿਬ ਨੇ ਬੜੀ ਸੋਹਣੀ ਗੱਲ ਦੱਸੀ ਹੈ ਵੀ ਇਹ ਜਿਹੜੀ ਫਿਗਰਸ ਆ ਜੀਆਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਲਈ ਹੈਲਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਰੂਰ ਅਸਰ ਹੋਏਗਾ ਗੱਲ ਕਰੀਏ ਸਾਡੇ ਨਾਨੇ ਸੀ ਉਹਨਾਂ ਦੀ ਕਾਫੀ ਲੰਮਾ ਸਮਾਂ ਇਹ ਇਸ ਖੇਤਰ ਦੇ ਵਿੱਚ ਆਪਣਾ ਜੁੜੇ ਹੋਏ ਹਨ ਗੁਰੂ ਤੇਗ ਬਹਾਦਰ ਕਾਲਜ ਦੇ ਵਿੱਚ ਇਹਨਾਂ ਦਾ ਇੱਕ ਟੀਚਾ ਰਹਿੰਦਾ ਹੈ ਵੀ ਕਿਸੇ ਵੀ ਪਰਿਵਾਰ ਦਾ ਬੱਚਾ ਹੋਵੇ ਆਰਥਿਕ ਪੱਖੋਂ ਕੋਈ ਵੀ ਉਹਦੀ ਪੋਜੀਸ਼ਨ ਹੋਵੇ ਪਰ ਜਦ ਉਹ ਕਾਲਜ ਦੇ ਵਿੱਚ ਆ ਜਾਂਦਾ ਹੈ ਤੇ ਉਹ ਇਹਨਾਂ ਲਈ ਇੱਕ ਹੈ ਕਿ ਇਹ ਫੀਸ ਫੀਸਾਂ ਸਹੀ ਰੱਖਣੀਆਂ ਸਾਲੋਂ ਇੱਕ ਲੈਵਲ ਰੱਖਣਾ ਬੱਚਿਆਂ ਦੇ ਵਿੱਚ ਇੱਕ ਉਤਸ਼ਾਹਿਕ ਹੁੰਦੇ ਨੇ ਬੱਚੇ ਕਿਉਂਕਿ ਇੱਕ ਹੀਨ ਭਾਵਨਾ ਜਦੋਂ ਇਹੋ ਜਿਹਾ ਮਾਹੌਲ ਹੋਵੇ ਦੇਖੋ ਮੇਰੇ ਕੈਰੀਅਰ ਦੇ ਵਿੱਚ ਮੇਰੇ ਸਟੂਡੈਂਟ ਜਿਹੜੇ ਨੇ ਤਕਰੀਬਨ 40000 ਦੇ 언ਵਨ ਲੜਕੀ ਜਿਹੜੀਆਂ ਆ ਆਪਣੀ ਕੈਰੀਅਰ ਚ ਬਣਾ ਚੁੱਕਾ ਹਾਂ ਜੀ ਉਹ देयर ਗ੍ਰੈਂਡਮਦਰਸ ਨਾਓ ওকে ਅਰ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈ ਕਿ ਜਿਹੜਾ ਗੁਰਤੇਗ ਬਾਦਲ ਕਾਲਜ ਹੈ ਗੁਰੂ ਤੇਗ ਬਾਹਾਦਰ ਦੀ ਕਿਰਪਾ ਗੁਰ ਰਾਮਦਾਸ ਜੀ ਨਗਰੀ ਦੇ ਵਿੱਚ ਮੈਂ ਲਾਈਵ ਚ ਇੱਕ ਐਕਸਪੀਰੀਅੰਸ ਲੇ ਰਿਹਾ ਵੀ ਹੈ ਪ੍ਰੈਕਟੀਕਲ ਐਕਸਪੀਰੀਅੰਸ ਹੈ ਕਿ ਪੂਰ ਪਰਸਨ ਹੈਜ਼ ਨੋ ਫਰੈਂਡ ਐਂਡ ਪੂਰ ਪਰਸਨ ਹੈਂਡ ਨੋ ਰੈਲੇਟਿਵਸ ਔਰ এডਿਕੇਸ਼ਨ ਲੜਕੀਆਂ ਦੇ এডਿਕੇਸ਼ਨ ਨਾਲ ਜੁੜਿਆ ਮੈਨੂੰ ਪਤਾ ਹੈ ਕਿ ਸਮਾਜ ਦਾ ਫਿਊਚਰ ਜਿਹੜਾ ਹੈ ਉਹ ਲੜਕੀ ਦੇ ਹੱਥ ਵਿੱਚ ਹੈ ਪੜ੍ਹਦੀ ਖੀ ਮਾਂ ਜਿਹੜੀ ਹੈ ਉਹ ਸਮਾਜਿਕ ਨਵੀਂ ਦਿਸ਼ਾ ਦੇ ਸਕਦੀ ਹੈ ਔਰ ਉਹ ਗਰੀਬ ਪਰਿਵਾਰਾਂ ਦੇ ਬੱਚੇ ਨੇ ਅੱਜ ਸਾਡੇ ਪੜੇ ਸਟੂਡੈਂਟ ਜਿਹੜੇ ਨੇ ਉਹ ਤਕਰੀਬਨ ਕੋਈ 500 ਦੇ ਹੰਬਨ ਕੋਈ ਇੱਕ ਐਨਓਸੀ ਇਸ਼ੂ ਕਰਨਾ ਪੈਂਦਾ ਉਹ ਲੱਗ ਗਏ ਨੇ 500 ਦੇ ਹੰਬਨ ਲੜਕੀਆਂ ਜਿਹੜੀਆਂ ਨੇ ਅੱਛਾ ਡੈਪਲੋਮਾ ਔਰ ਕੋਈ ਐਸਾ profession ਨੇ ਜਿੱਤੇ ਸਾਡੇ ਕਾਲਜ ਦੇ ਸਟੂਡੈਂਟ ਜਿਹੜੇ ਨੇ ਉਹ ਜੌਬ ਨਹੀਂ ਕਰ ਰਹੇ ਅਤੇ 90% ਲੜਕੀਆਂ ਜੌਬਸ ਕਰ ਰਹੀਆਂ ਨੇ ਤੇ ਮੇਰੀ ਉਹਨਾਂ ਡਵਾਈਸ ਹੁੰਦੀ ਹੈ ਐਜ਼ ਫਾਦਰ ਐਜ਼ ਸਿੰਪਲ ਐਸ ਟੀਚਰ ਕਿ ਜਦ ਤੱਕ ਜੌਬ ਨਾ ਮਿਲ ਜਾਏ ਡੋਨਟ ਗੋ ਫॉर ਮੈਰਿਜ ਤੁਸੀਂ ਕਿਸੇ ਸਰਪਟ ਡਿਪੈਂਡ ਕਰਨਾ ਬਹੁਤ ਪਰ ਬੱਚੀਆਂ ਇਸ ਤਰ੍ਹਾਂ ਕਰ ਰਹੀਆਂ ਨੇ ਔਰ ਇਹ ਫੀਸ ਤੱਕ ਕੈਰੀ ਕਰਕੇ ਲੋ ਰੱਖਿਆ ਹੈ ਕਿ ਸਧਾਰਨ ਪਰਿਵਾਰ ਨੇ ਬੱਚੇ ਜਿਹੜੇ ਨੇ ਉਹ ਐਜੂਕੇਸ਼ਨ ਪ੍ਰਾਪਤ ਕਰ ਸਕ ਹਾਰੀ ਦੀ ਪਹੁੰਚ ਵਿੱਚ ਰਵੇ ਇੱਕ ਨਵੀਂ ਚੀਜ਼ ਜਿਹੜੀ ਹੈ ਮੈਂ ਪਿਛਲੇ ਤਕਰੀਬਨ 1 ਸਾਲ ਤੋਂ ਦੇਖ ਰਿਹਾ ਹਾਂ ਜੀ ਕਿ ਸਧਾਰਨ ਪਰਿਵਾਰ ਦੀ ਲੜਕੀਆਂ ਜਿਹੜੀਆਂ ਕਿ ਸਾਡੇ ਕੋਲੋਂ ਐਮਐਸਸੀ ਕੀਤੀ ਸੀ ਔਰ ਬੀਐਸਸੀ ਕੀਤੀ ਸੀ ਜਾਂ ਬੀਐਸਸੀ ਕੀਤੀ ਸੀ ਜੀ ਔਰ ਵਿਦੇਸ਼ ਜਾ ਰਹੀਆਂ ਨੇ ਮੈਂ ਕੁਝ ਲੜਕੀਆਂ ਪੁੱਛਿਆ ਵੀ ਉਹ ਤਾਂ ਫਾਇਨਾਂਸ ਕੌਣ ਕਰ ਰਿਹਾ ਹੈ ਉਹ ਕਨ ਸਰ ਕੇ ਇੱਕ ਸਿਸਟਮ ਬਣ ਚੁੱਕਾ ਹੈ ਕਿ ਜਿਹੜੀ ਲੜਕੀ ਨੇ ਆਇਲਸ ਲਈ ਕੀਤੀ ਹੋਈ ਹੈ ਸੰਨ ਕੰਟੈਕਟ ਕਰਦੇ ਨੇ ਵੀ ਉਹ ਸੰਕੂ ਲੜਕੀ ਦੱਸੋ ਤੇ ਉਹ ਲੜਕੇ ਵਾਲੀ ਜਿਹੜਾ ਸਾਡਾ ਆਣ ਜਾਣ ਦਾ ਖਰਚਾ ਪਲਾ ਸ਼ਾਦੀ ਦਾ ਖਰਚਾ ਪ੍ਰੈਕਟੀਕਲ ਕੇਸਿਸ ਵਿੱਚ ਮੈਂ ਬੱਚਿਆਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਜੀ ਜੀ ਉਹ ਲੜਕੇ ਜਿਹੜੇ ਫਾਈਨਾਂਸ ਹੋਣ ਕਿਤਾ ਬਿਕੋਜ਼ ਦੇ ਅਰ ਐਜੂਕੇਟਿਡ ਔਰ ਲੜਕੇ ਵਾਲੇ ਨੇ ਲੋਕੇਟ ਕੀਤਾ Hindu ਪਰਵਾਦੀ ਲੜਕੀ ਐ ਸਿੱਖ ਪਰਵਾਦੀ ਸ਼ਾਦੀ ਹੋ ਗਈ ਇਸ ਕਰਕੇ ਸਾਡਾ ਬੱਚੇ ਦਾ ਫਿਊਚਰ ਬਣ ਰਿਹਾ ਸੋ ਗੁਰਤੇਗ ਬਹਾਦਰ ਕਾਲਜ ਦਾ ਆਪਣਾ ਇੱਕ ਇੰਡੀਵਿਜੂਅਲ ਜਾਂ ਕੈਰੇਕਟਰ ਹੈ ਜਿਸ ਕੈਰੇਕਟਰ ਲੈ ਕੇ ਚੱਲ ਰਹੇ ਆ ਕਿ ਸਧਾਰਨ ਪਰਿਵਾਰਾਂ ਦੇ ਬੱਚੇ ਜਿਹੜੇ ਨੇ ਇਹਨਾਂ ਨੂੰ ਕੋਈ ਜ਼ਿੰਦਗੀ ਬਣਨਾ ਚਾਹੀਦਾ ਦੇਸ਼ ਦੀ ਗਰੀਬੀ ਸਧਾਰਨ ਪਰਿਵਾਰਾਂ ਦੇ ਬੱਚੇ ਜੇ ਜੂ ਜਾਣਗੇ ਦੇਖਦੇ ਗਰੀਬੀ ਜਿਹੜੀ ਦੂਰ ਕੀਤੀ ਜਾ ਸਕਦੀ ਆ ਉਹ ਸੂਟਸ ਮਿਲਦੇ ਨੇ ਮਨ ਬੜਾ ਖੁਸ਼ ਹੁੰਦਾ ਕਿਤੇ ਫੰਕਸ਼ਨ ਤੇ ਸੋਸ਼ਲ ਗੱਟ ਟੁਗੇਦਰ ਦੇ ਗੈਦਰਿੰਗ ਵਾਰਾਂ ਤੇ ਤੇ ਜਦੋਂ ਉਹ ਦੇਖਦੇ ਆ ਕਿ ਲਾਈਵ ਚ ਬੜੀਆਂ ਸੈਟਲ ਨੇ ਲਾਈਵ ਗਰੇਸਫੁਲੀ ਇੰਜੋਏ ਕਰ ਰਹੀਆਂ ਨੇ ਤੇ ਮਨ ਦੇ ਕੇ ਖੁਸ਼ ਹੋ ਜਾਂਦਾ ਜਿਹੜਾ ਬੜੀਆਂ ਸੋਹਣੀਆਂ ਵਿਚਾਰਾਂ ਹੋਈਆਂ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਜੀ ਪ੍ਰੋਗਰਾਮ ਸਮਾਪਤੀ ਹੋ ਰਿਹਾ ਹੈ ਡਾਕਟਰ ਸਾਹਿਬ ਚੀਫ ਕੌਲਸਰ ਦੇਵਾਂ ਚੈਰੀਟੇਬਲ ਸੁਸਾਇਟੀ ਦੀ ਗੱਲ ਕਰੀ ਅੱਜ ਸਮਰਾਥਾ ਹੈ ਫੰਡਸ ਹੈ ਕੀ ਆਨਵਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਜਲਦੀ ਥੋੜਾ ਜਿਹਾ ਸ਼ਾਰਟਲੀ ਜਵਾਬ ਦੇ ਦਿਓ ਆ ਵਿਦਿਆ ਦੇ ਖੇਤਰ ਲਈ ਆਨਵਲੇ ਸਮੇਂ ਦੇ ਵਿੱਚ ਕੀ ਉਪਰਾਲੇ ਕੀਤੇ ਜਾ ਰਹੇ ਦੋ ਗੱਲਾਂ ਜੀ ਇੱਕ ਤੇ ਅਸੀਂ ਜਿਹੜੀ ਬੁੱਕਸ ਵਗੈਰਾ ਦੀ ਕਾਸਟ ਕਾਫੀ ਘਟਾਈ ਹੈ ਬੁੱਕਸ ਕਾਫੀ ਘਟਾਈਆਂ ਨੇ ਨੰਬਰ 1 ਨੰਬਰ 2 ਜਿਹੜਾ ਸਾਡਾ ਮੇਨ ਸਟ੍ਰੈਸ ਹੈ ਉਹ ਟੀਚਰਸ ਵਾਲਾ ਹੈ ਕਿਉਂਕਿ ਜੇ ਟੀਚਰਸ ਸਾਡੇ ਵੈਲ ਟ੍ਰੇਨ ਨਹੀਂ ਹੈਗੇ ਔਰ ਟੀਚਰਸ ਦੇ ਦੁਬਾਰਾ ਦੁਬਾਰਾ ਕੋਰਸਸ ਨਹੀਂ ਹੋ ਰਹੇ ਟੀਚਰਸ ਵਿੱਚ ਲੈਕ ਆਫ ਕਲੈਗ ਕਰ ਜਾਂਦੇ ਆ ਜੀ ਜੀ ਔਰ ਜਿਹੜਾ ਵੀ ਟੀਚਰ ਬਹੁਤ ਚੰਗੀ ਤਰ੍ਹਾਂ ਨਾ ਪੜਾ ਸਕੇ ਫਿਰ ਉੱਥੇ ਬੱਚੇ ਚੰਗੀ ਤਰ੍ਹਾਂ ਪੜਦੇ ਨਹੀਂਗੇ ਸੋ ਸਾਡਾ ਮੇਨ ਸਟ੍ਰੈਸ ਹੁਣ ਇਹ ਅਗਲੇ ਸਾਲਾਂ ਚ ਰਹੇਗਾ ਕਿ ਅਸੀਂ ਹਰ ਇੱਕ ਟੀਚਰ ਨੂੰ ਉੱਥੇ ਲਿਆ ਕੇ ਉਹਨਾਂ ਨੂੰ ਰੀ-ਐਜੂਕੇਟ ਕੀਤਾ ਜਾਵੇ ਉਹਨਾਂ ਨੂੰ ਨਵੇਂ ਸਿਰੇ ਤੋਂ ਦੱਸਿਆ ਜਾਵੇ ਨਵੇਂ ਕੋਰਸਸ ਬਾਰੇ ਦੱਸੇ ਜਾਵੇ ਔਰ ਇਹ ਹੀ ਸਾਡਾ ਸਟ੍ਰੈਸ ਹੈ ਕਿ ਟੀਚਰਸ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਟ੍ਰੇਨ ਕਰਨਾ ਚਾਹੁੰਦੇ ਆਂ ਸਪੋਰਟਸ ਵੱਲ ਥੋੜਾ ਧਿਆਨ ਦੇਣਾ ਚਾਹੁੰਦੇ ਆਂ ਇਹ ਸਾਡੇ ਟੀਚਰ ਹੈਗਾ ਨਵੇਂ ਟੀਮ ਦਾ ਕੁਝ ਸਮਾਂ ਪਹਿਲਾਂ ਸ਼ਿਰਕੁਰ ਤੇ ਬ ਇਹ ਕੀ ਕੋ ਗੈਸ ਜਿਹੜੀ ਨਵੀਂ ਐਫੀਲੀਏਸ਼ਨ ਆਪਚੋਈ ਹਾਂ ਯੈਸ ਇੱਕ ਗੁੱਟੇ ਭਰ ਕਾਲਜ ਵਾਸਤੇ ਬੜਾ ਪੋਜ਼ਿਟਿਵ ਔਰ ਕੰਸਟਰਕਟਿਵ ਜਿਹੜਾ ਕਦਮ ਸੀ ਕਿਉਂਕਿ ਖਲਤ ਕਾਲਜ ਚੈਰਿਟੇਬਲ ਸੁਸਾਇਟੀ ਬੜੇ ਲੰਬੇ ਸਮੇਂ ਤੋਂ ਐਜੂਕੇਸ਼ਨ ਦੇ ਨਾਲ ਜੁੜੀ ਹੋਈ ਹੈ ਜੀ ਜੀ ਔਰ ਜਦੋਂ ਦੇ ਸਰਿੰਦਰ ਮੋਹਨ ਸਿੰਘ ਜੀ ਨਾਮ ਅੰਡਰ ਸੈਕਟਰ ਬਣੇ ਨੇ ਔਰ ਉਹਨਾਂ ਦੇ ਇੰਸਟੀਚਿਊਸ਼ਨ ਦੀ ਗਿਣਤੀ ਜਿਹੜੀ ਸੀ ਉਹ ਕਾਫੀ ਲੰਬੀ ਹੋ ਗਈ ਗੁਰਦੇਵ ਬਾਦਲ ਕਾਲਜ ਦੇ ਨਾਲ ਜੁਆਇਨ ਕਰਨ ਨਾਲ ਗਿਣਤੀ ਜਿਹੜੀ ਹੈ ਇਸ ਵੇਲੇ 20 ਦੇ ਆਨ ਬੰਨ ਇੰਸਟੀਚਿਊਸ਼ਨਸ ਨੇ ਜਿਹੜੇ ਕਿ ਵਿਦਿਆਦਿਅਕ ਖੇਤਰ ਆਪਣਾ ਕੰਟ੍ਰਿਬਿਊਟ ਕਰ ਰਹੇ ਨੇ ਉਸ ਜਿਹੜੀ ਚੈਰੀਟੇਬਲ ਸੁਸਾਇਟੀ ਆ ਉਹਦੀ ਅਪਰੋਚ ਜਿਹੜੀ ਹੈ ਦੈਟਸ ਵੈਰੀ ਵੈਰੀ ਪੋਜ਼ਿਟਿਵ ਉਹਦੇ ਚ ਸardar jindar mon singh ਜੀ ਸੀਨਾ ਔਰ ਉਹਨਾਂ ਦੇ ਜਿਹੜੇ ਨੇ Sardar Ajmer singh ji Sardar Nirmal singh ਜਿਹੜੇ ਵੀ ਆਦਮੀ ਟੋਟਲੀ ਇਨਵੋਲਡ ਹੈਗੇ ਨੇ they are committed to education they are committed to social service they are committed to education service jis karke sade vasse bada ae positive kadam si ji aur aan wale waqt de vich sanu pata hai ke in de sahyog naal gurtegh bhagdar college jada hor vaddiyan mula marega kyuki ohna di sade naal inna ke sahyog hai ke kise vi cheez di sanu kami jadi hai chahe man power hai chahe money power hai ohna di long group sade vaste hai oh sanu kafi inspire karde ne motivate karde ne unkarj karde ne ਜਿਸ ਕਰਕੇ ਅਸੀਂ ਨਵੇਂ ਟੀਚੇ ਫਿਕਸ ਅਪ ਕਰਾਂਗੇ ਉਹਨਾਂ ਨੂੰ ਅਚੀਵ ਕਰਾਂਗੇ ਇਹਦੇ ਸਹਿਯੋਗ ਦੇ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਸਾਡੇ ਲਈ ਮਾਣ ਦੀ ਗੱਲ ਹੈ ਵੀ ਦੋਨੋਂ ਸ਼ਖਸੀਤਾਂ ਜਿਹੜੀਆਂ ਅੱਜ ਸਾਡੇ ਨਾਲ ਬੈਠੀਆਂ ਹਨ ਦੋਨੋਂ ਹੀ ਵਿਦੇਸ਼ ਖੇਤਰ ਦੇ ਨਾਲ ਜੁੜੀਆਂ ਹਨ ਔਰ ਇਹਨੂੰ ਸਤਿਗੁਰੂ ਦੀ ਕਿਰਪਾ ਕਾਂਗੇ ਅਤੇ ਇਹਨਾਂ ਦੇ ਪਰਸਨਲ ਐਫਰਟ ਕਾਂਗੇ ਵੀ ਜੇ ਸਟਰੈਂਥ ਵਾਈਜ਼ ਗੱਲ ਕਰੀਏ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਦੀ ਸਟਰੈਂਥ ਹੈ ਸਿਲੇਵੀ ਸ਼ੁਰੂ ਤੋਂ ਹੀ ਬੜੀ ਵਧੀਆ ਔਰ ਹਰ ਸਾਲ ਵਧੀਆ ਚੀਫ ਕੌਂਸਲਦਾਨ ਦੇ ਵੀ ਸਕੂਲਾਂ ਦੀ ਗੱਲ ਕਰੀਏ ਬਹੁਤ ਨੰਬਰ ਆਫ ਸਕੂਲਸ ਆ ਕੁਆਲਿਟੀ ਆਫ ਐਜੂਕੇਸ਼ਨ ਵੀ ਦੇ ਰਹੇ ਨਾ ਡਾਕਟਰਸ ਨੇ ਦੱਸਿਆ ਬਹੁਤ ਸਾਰੇ ਟੀਚੇ ਹਨ ਜਿਹੜੇ ਆਨਵਾਲੇ ਸਮੇਂ ਦੇ ਵਿੱਚ ਪੂਰੇ ਕੀਤੇ ਜਾਂਦੇ ਹਨ ਦੋਸਤੋ ਇਸ ਪ੍ਰੋਗਰਾਮ ਦਾ ਜਿਵੇਂ ਪਹਿਲਾਂ ਵੀ ਦੱਸਿਆ ਇੱਕ ਟੀਚਾ ਹੈ ਵੀ ਕਿਸੇ ਖਾਸ ਮੁੱਦੇ ਤੇ ਲੈ ਕੇ ਵਿਚਾਰਾ ਸਾਂਝਾ ਕਰੀਏ ਹੋ ਸਕਦਾ ਤੁਹਾਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਮਿਲੇ ਜਿਹਦੇ ਨਾਲ ਤੁਸੀਂ ਉਸ ਰਾਹ ਤੇ ਚੱਲ ਕੇ ਹੋਰ ਚੰਗੇ ਫੈਸਲੇ ਲੈ ਸਕੋ ਜੇਕਰ ਤੁਸੀਂ ਚਾਹੁੰਦੇ ਹੋ ਇਸ ਪ੍ਰੋਗਰਾਮ ਦਾ ਹਿੱਸਾ ਬੰਨਾ ਜੇਕਰ ਚਾਹੁੰਦੇ ਹੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਕਿਸੇ ਵੀ ਮੁੱਦੇ ਤੇ ਗਲਬਤ ਕਰਨੀ ਤਾਂ ਟੈਲੀਫੋਨ ਨੰਬਰ ਦਸ਼ਕਾਂਕਾਂ ਦਾ ਵੀ ਨੋਟ ਕਰੋ ਮੋਬਾਈਲ ਨੰਬਰ 985568300 ਤੁਸੀਂ ਦੁਪਹਿਰ 12 ਤੋਂ 2 ਵੇ ਤੱਕ ਇੱਥੇ ਫੋਨ ਕਰਕੇ ਆਪਣਾ ਨਾਮ ਅਤੇ ਜਿਹੜਾ ਮੁੱਦਾ ਤੁਹਾਡਾ ਸਬਜੈਕਟ ਹੈ ਜਿਹਦੇ ਤੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਉਸ ਕਾਲ ਕਰ ਸਕਦੇ ਹੋ ਮੈਂ ਬਹੁਤ ਧੰਨਵਾਦੀ ਹਾਂ ਜੀ ਅੱਜ ਦੇ ਸਾਂ ਸੰਭਾਲ ਅਮ੍ਰਿਤਸਰ ਸ਼ਹਿਰ ਦੀ ਪ੍ਰੋਗਰਾਮ ਦੇ ਵਿੱਚ ਆਏ ਹੋਏ ਦੋਨੋਂ ਹੀ ਮਹਿਮਾਨਾਂ ਦਾ ਸਰਦਾਰ ਨਾਨਕ ਸਿੰਘ ਜੀ ਪ੍ਰਿੰਸੀਪਲ ਸ਼੍ਰੀ ਗੁਰਤੇਬਾਦ ਕਾਲਿਫੋ ਉਮਮਨ ਨਦੀ ਦਰਬਾਰ ਸਾਹਿਬਾ ਉਸੇ ਨਾਲ ਹੀ ਡਾਕਟਰ 인ਦਰਬੀਸ ਸਿੰਘ ਨਿਜਰ ਜਿਹੜੇ ਕਿ ਨੀਚਰ ਸਕੈਨ ਚਲਾ ਰਹੇ ਹਨ ਅਸੀਂ ਨਾਲ ਹੀ ਇੱਕ ਅਹਿਮ ਸੇਵਾ ਨਿਭਾ ਰਹੇ ਹਨ ਵਾਈਸ ਪ੍ਰਧਾਨ ਚੀਫ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਜਿਸ ਸਰ ਤੁਹਾਡੇ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਦਸ਼ਕੋ ਪਿਆਰ ਭਰੀ ਸਾਸਤ੍ਰਿਕਲ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਸੱਚਾ ਸ਼ਕਾ